So, हाँ सो साज के सरण के चैस स्वागत है गल्लब बात दे रू मंच का एंजू नॉल शिवोनी एंजल किचन सीरीज दे वेच एंजल ने किचन किचन वाला चैनल तो बनाया होया सी अन्नी तैनू की बीमारी पै जाती है ता खड़ गाल खा के सुतर आंदा है जिवें ये आंदे आ की बन गया आलू गोभी रेसिपी। अच्छा मॉम्स रिएक्शन। अच्छा मॉम रिएक्शंस कितना कीप स्पॉटिंग स्पॉटिंग नु असी की कड़छी मारी है थोड़ी गोभी च के उत्ते धनिया भुकीए दस ले ओ चैनल छड़े इधर आ गए। चलो आओ आलू गोभी रेसिपी यार को वधिया को गजरेला गजरूला बनाना सिखा लोगों को आलू गोभी की यार चलो वेखिए की कहती है आयो इन्हें दी कदे कदे हेडफोन की आवाज़। हाँ आलू चल आओ एंजल दी रसोई चलीए साफ जी चादर ते बह के खावांगे सोने सोने कपड़े पा के चलो। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਵੈਲਕਮ ਬੈਕ ਟੂ ਆਰ YouTube ਵੈਲਕਮ। ਚੈਨਲ। ਹੋਪ ਗਾਇਸ ਤੁਸੀਂ ਸਾਰੇ ਜਣੇ ਘੈਂਟ ਹੋਵੋਗੇ। ਅੱਜ ਫੇਰ ਮੈਂ ਤੁਹਾਡੇ ਲਈ ਇੱਕ ਵਧੀਆ ਜਿਹੀ ਚੀਜ਼ ਬਣਾਉਂਗੀ ਆਲੂ ਗੋਭੀ। ਆਲੂ ਗੋਭੀ ਇਦੂ ਚੰਗਾ ਕਾਪੀਆਂ ਤੇ ਲਾਉਣਾ ਲੇਟੀ ਬਣਾ ਦਿੰਦੀ ਉਹਦੀ ਰੈਸਪੀ ਪਤਾ ਲੱਗ ਜਾਂਦੀ ਜਵਾਕਾਂ ਨੂੰ। ਆ ਜਿਹੜਾ ਪਾਇਆ ਛਾੜ ਜਾ ਇਹ ਮੈਨੂੰ ਸਲੂਨ ਨਾਲ ਲੱਗਦਾ ਪਿਆ ਕਿ ਨਹੀਂ ਇਦਾਂ ਹੀ ਥੋੜ੍ਹਾ ਡਿਫਰੈਂਸ ਹੁੰਦਾ ਥੋੜ੍ਹਾ ਜਿਹਾ ਹੀ ਹੁੰਦਾ ਬਸ ਕੋਈ ਬਾਹਲਾ ਖਾਸ ਡਿਫਰੈਂਸ ਨਹੀਂ ਹੁੰਦਾ। ਪਰ ਇਹ ਲਬੇੜੀ ਕਾਹ ਤੋਂ ਫਿਰਦੀ ਹੈ ਪਹਿਲਾਂ ਹੀ ਕੀ ਚੱਕਰ ਪੈ ਗਿਆ। ਸੋ ਸੈਡ। ਚਲੋ ਆਲੂ ਗੋਭੀ ਤੁਹਾਨੂੰ ਖਾ ਵੀ ਲਈਏ ਪਤਾ ਆਪਾਂ ਜੋ। ਲੱਗ ਹੀ ਗਿਆ ਹੋਣਾ ਤੇ ਜਿਹੜੇ ਜਿਹੜੇ ਤੇ ਸਾਨੂੰ ਸ਼ੁਰੂ ਤੋਂ ਫੋਲੋ ਕਰਦੇ ਆ ਜਦੋਂ ਸਾਡੀ ਮੈਰਿਜ ਹੋਈ ਹਾਂ ਸੀਗੀ ਉਹਨਾਂ ਨੂੰ ਤੇ ਪਤਾ ਹੀ ਹੈ ਜਦੋਂ ਮੈਂ ਵਿਆਹ ਤੋਂ ਬਾਅਦ ਪਹਿਲੀ ਵਾਰੀ ਆਲੂ ਗੋਭੀ ਬਣਾਈ ਸੀ ਮੈਂ ਕੀ ਕੀ ਕੀਤਾ ਕੀਤਾ ਸੀ। ਸੀ ਕਮੈਂਟਸ 'ਚ ਜ਼ਰੂਰ ਦੱਸਿਓ ਜਿਨ੍ਹਾਂ ਨੂੰ ਪਤਾ ਵਾ ਕਿ ਉਦੋਂ ਕਿਹੜਾ ਸੀਨ ਪਿਆ ਸੀ ਤੇ ਮੈਂ ਯਾਰ ਮੈਂ ਤੇ ਰੱਬ ਨੂੰ ਪ੍ਰੇ ਕਰਦੀ ਆ ਕਾਸ਼ ਉਹ ਚੀਜ਼ ਮੈਨੂੰ ਫਿਰ ਤੋਂ ਮਿਲ ਜਾਂਦੀ। ਉਹ ਪਰ ਕੀ ਕੀਤਾ ਸੀ ਉਦੋਂ ਕਮੈਂਟਾਂ ਦੱਸਿਓ ਮੈਨੂੰ ਮੈਨੂੰ ਤਾਂ ਆਪ ਨਹੀਂ ਪਤਾ ਕੀ ਕੀਤਾ ਸੀ। ਅੱਛਾ ਵਿਆਹ ਤੋਂ ਬਾਅਦ ਇਹਨੂੰ ਕੁਝ ਨਹੀਂ ਬਣਾਉਣਾ ਆਉਂਦਾ ਸੀ ਮੇਰੇ ਹਿਸਾਬ ਨਾਲ ਤੇ ਇਹਨੇ ਕਿਚਨ ਵਾਲਾ ਚੈਨਲ ਬਣਾ ਲਿਆ। ਵਾਹ ਰਸੋਈ 'ਚ ਵੜੇ ਨਹੀਂ ਕਿਚਨ ਵਾਲਾ ਚੈਨਲ ਬਣਾ ਲਓ ਚਲੋ। ਅੱਜ ਦੇ ਟਾਈਮ ਤੇ ਵੀ ਜਿਹੜੀ ਉਸ ਟਾਈਮ ਮੈਨੂੰ ਬਣੀ ਬਣਾਈ ਮਿਲ ਗਈ ਸੀਗੀ ਬਟ ਅੱਜ ਆਪਾਂ ਆਪੇ ਬਣਾਵਾਂਗੇ ਤੇ ਤੁਸੀਂ ਅੱਜ ਦੇ ਵਲੌਗ ਨਾਲ ਤੱਕ ਜੁੜੇ ਰਹੋ। ਵੈਸੇ ਤੁਸੀਂ ਜੁੜੇ ਪਿਛਲੇ ਵਲੌਗ ਨੂੰ ਪਿਆਰ ਦਿੱਤਾ ਥੈਂਕ ਯੂ ਸੋ ਮੱਚ ਤੇ ਹੁਣ ਇਹਦੇ ਪਹਿਲੇ ਸਾਰੇ ਵਲੌਗਸ ਨੂੰ ਤੁਸੀਂ ਇਹ ਪੌਣ ਲੱਗ ਗਈ ਇੱਥੇ ਵਲੌਗ ਮੇਰੇ ਕੋਲੇ ਲੇਟ ਸ਼ੋ ਹੋਇਆ। ਚਲੋ ਕੋਈ ਗੱਲ ਨਹੀਂ ਆਲੂ ਗੋਭੀ ਖਾ ਕੇ ਸਾਰ ਲਾਂਗੇ ਅੱਜ ਇਦਾਂ ਹੀ ਪਿਆਰ ਹਾਂ ਦਿਓ ਫਿਰ ਤੁਸੀਂ ਸਾਡੀ ਵੇਖਾਂਗੇ। ਆਪਣੀ ਕਿਚਨ ਦਾ ਪਿਛਲਾ ਵਲੌਗ ਆਪਾਂ ਸਨੇਹਾ ਨੂੰ ਲੈ ਬਣਾਇਆ ਸੀਗਾ ਉਸ ਸਨੇਹਾ ਦੇ ਘਰ ਦੀ ਚਲੋ ਕਿਚਨ ਸੀਗੀ ਤੇ ਹੂੰ ਮੋਸਟਲੀ ਤੁਹਾਨੂੰ ਵਲੌਗਸ ਇੱਥੇ ਆਇਆ ਕਰਨਗੇ ਤੇ ਜੁੜੇ ਰਹੋ ਵਲੌਗ ਦੇ ਨਾਲ। ਬਾਕੀ ਜੁੜੇ ਹਾਂ ਆਏ ਮੈਂ ਤੁਹਾਨੂੰ ਇੱਕ ਹੋਰ ਗੱਲ ਕਹਿਣੀ ਸੀਗੀ ਜਿੰਨੀ ਕਿਆ ਕਿ ਤੇ ਮੈਨੂੰ ਕੁਕਿੰਗ ਆਉਂਦੀ ਹੈ ਮੈਂ ਓਨੀ ਕਿ ਕਰਿਆ ਕਰੂੰਗੀ ਹਨਾ। ਜੇ ਤੁਹਾਨੂੰ ਕੋਈ ਹਾਂ ਕਮੀ ਪੇਸ਼ੀ ਲੱਗੀ ਮੈਨੂੰ ਕਮੈਂਟਸ 'ਚ ਜ਼ਰੂਰ ਦੱਸਿਓ। ਕਮੀ ਪੇਸ਼ੀ ਨੂੰ ਸਾਨੂੰ ਟੇਸਟ ਕਰਾਉਣੀ ਹੈ ਕਮੈਂਟਸ 'ਚ ਕਿਵੇਂ ਦੱਸ ਦਾਂਗੇ ਅਸੀਂ ਜੇ ਕਮੀ ਪੇਸ਼ੀ ਲੱਗੀ ਤਾਂ। ਕੋਈ ਧਨੀਆ ਪਾਉਂਦਾ ਕੋਈ ਸੁੱਕਾ ਪਾਉਂਦਾ ਕੋਈ ਗਿੱਲਾ ਪਾਉਂਦਾ ਕੋਈ ਤਾਜ਼ਾ ਤੋੜ ਕੇ ਖੇਤ 'ਚੋਂ ਪਾ ਦਿੰਦਾ ਹੁਣ ਅਸੀਂ ਐਂ ਕਮੀ ਪੇਸ਼ੀ ਕਿਵੇਂ ਕੱਢ ਲਾਂਗੇ ਇਹਦੇ 'ਚ ਕਮੀ ਪੇਸ਼ੀ ਕੀ ਕਹੀ ਜਾਂਦੀ ਹੈ ਗੋਭੀ ਦੀ ਮੁਸ਼ਕ ਚੜ ਗਈ। ਤੇ ਜਿਹੜੇ ਜਿਹੜੇ ਰੈਸਪੀ ਦੇਖ ਕੇ ਟਰਾਈ ਕਰਨਗੇ ਉਹ ਵੀ ਦੱਸਿਓ। ਹੁਣ ਆਪਾਂ ਜਿਹੜੇ ਜਿਹੜੇ ਰੈਸਪੀ ਦੇਖਣਗੇ ਟਰਾਈ ਕਰਨਗੇ ਉਹ ਵੀ ਦੱਸਿਓ। ਇਹ ਗੋਭੀ ਦੀ ਰੈਸਪੀ ਕੌਣ ਵੇਖੂਗਾ ਗੋਭੀ ਦੀ ਰੈਸਪੀ ਹੈ ਕਿ ਵਲੋਗ। ਜਿਹੜੇ ਰੈਸਪੀਆਂ ਵਾਲੇ ਹੁੰਦੇ ਉਹ ਪਹਿਲਾਂ ਹੀ ਕੋਲੀਆਂ ਤੋਂ ਸ਼ੁਰੂ ਕਰਦੇ ਆ ਗਾਇਸ ਆਜ ਹਮ ਗੋਭੀ ਬਣਾਉਣੇ ਲਿਖੇ ਹੈ ਪ੍ਰਾਈਪਨ ਕੋ ਗੈਸ ਮੈਂ ਧਰਤੀ ਆ ਅਬ ਜੇ ਦੇਖੋ ਇਹ ਮਸਾਲੇ ਲੀਏ ਹੈ ਤੁਸੀਂ ਤਾਂ ਆਪਦਾ ਹੀ ਨਹੀਂ ਸੂਤਰਾਂ ਦਾ ਤੁਹਾਡਾ ਤਾਂ ਜਿਹੜੇ 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 ਸੋ ਵੈਜੀਟੇਬਲ ਚਲੋ ਆਪਾਂ ਕੱਢ ਕੇ ਰੱਖ ਦਿੱਤੇ ਆ। ਗੋਭੀ ਵੈਸੇ ਆਪਾਂ ਥੋੜੀ ਅੱਛਾ ਬਣਾਵਾਂਗੇ ਕਿਉਂਕਿ ਇਹ ਗੋਭੀ ਦਾ ਫੁੱਲ ਬਹੁਤ ਵੱਡਾ ਵਾ ਤੇ ਆਪਾਂ ਤਾਂ ਦੋ ਹੀ ਜਾਣੇ ਆ। ਬਾਕੀ ਆਪਾਂ ਟਮਾਟਰ ਅੱਛਾ ਪਾਵਾਂਗੇ ਪਿਆਜ਼ ਤੇ ਆ ਸਾਰੀਆਂ ਆਪਣੀਆਂ ਵੈਜੀਟੇਬਲਸ ਆ ਹਰੀ ਮਿਰਚ ਵੀ ਬਾਕੀ ਕੀ ਮਸਾਲੇ ਤੇ ਹੈਗੇ ਆ ਮਸਾਲੇ ਟਮਾਟਰ ਪਾਵਾਂਗੇ ਪਿਆਜ਼ ਪਾਵਾਂਗੇ ਆ ਸਾਰੀਆਂ ਆਪਣੀਆਂ ਵੈਜੀਟੇਬਲਸ ਐਂ ਆਖਦੇ ਨਾ ਜਿਹੜੀ ਜਿਹੜੀ ਬੋਲੀਆਂ ਉਹ ਵੈਜੀਟੇਬਲਸ ਆ। ਹੁਣ ਮਿਰਚ ਮਸਾਲਾ ਵੀ ਪਿਆ ਤੇ ਘਿਓ ਦਾ ਡੱਬਾ ਵੀ ਰੱਖੀ ਬੈਠੀ ਹੈ। ਮੈਂ ਤੁਹਾਨੂੰ ਹਾਏ ਸਾਰੇ ਯਾਰ ਸ਼ੋਅ ਬਸ ਕਰੂੰਗੀ ਜਦੋਂ ਮੈਂ ਸ਼ੁਕਰ ਪਾਵਾਂਗੀ ਆ ਸਬਜ਼ੀ ਦੇ ਵਿੱਚ ਉਦੋਂ ਸ਼ੁਕਰ ਹੈ ਨੇ ਇਹਦੇ ਵਿੱਚ ਸਟੀਲ ਬੂਲ ਤੇ ਵਿਮਣੀ ਰੱਖਿਆ ਆ ਇਹ ਵੀ ਤਾਂ ਰੈਸਪੀ ਦੇ ਵਿੱਚ ਹੀ ਆਉਂਦਾ ਨਾ ਭਾਂਡੇ ਮਾਂਜ ਜੋਗੇ ਕਿਵੇਂ ਗੋਭੀ ਤੋਂ ਬਾਅਦ ਲੈ ਕੜਾਈ 'ਚ ਪਈ ਰਹੇਗੀ। ਨਾ 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 ਡੱਬੇ 'ਚ ਕੱਟ ਕੇ ਰੱਖਾਂਗੇ ਪੈਕ ਕਰਕੇ ਮੇਰਾ ਟੁੰਨਾ ਹੁਣੇ ਮੰਜਵਾ ਲਾਂਗੇ ਬਾਅਦ 'ਚ ਤਾਂ ਕੰਮ ਚੱਲਾ ਜਾਂਦਾ। ਤੇ ਆਪਾਂ ਅੱਛਾ ਦੱਸਾਂਗੇ ਆਪਾਂ ਕਿਹੜੇ ਕਿਹੜੇ ਮਸਾਲੇ ਯੂਜ਼ ਕਰਦੇ ਆ ਤੇ ਹੁਣ ਚਲ ਆਪਾਂ ਸਟਾਰਟ ਕਰਦੇ ਆ। ਸਭ ਬੜੇ ਤੋਂ ਪਹਿਲਾਂ ਤੁਹਾਡੇ ਆਪਾਂ ਖੇਤ ਆ ਸਬਜ਼ੀਆਂ ਮਸਾਲਿਆਂ ਲਈ ਕੱਟ ਚਲੋ ਕੱਟ ਲਓ ਸੋਚਾਂ ਕੱਲ ਸੋਚਣ 'ਚ ਕੁਛ ਨਹੀਂ ਰੱਖਿਆ ਸਵੇਰੇ ਚਲੋ। ਹਾਏ ਰੱਬ ਮੇਰੇ ਆ ਸਾਰਿਆਂ ਨੂੰ ਭਲਾ ਕਰੀ ਸ਼ੁਰੂ ਇਹਦੇ ਤੋਂ ਕਰੀ ਕੀ ਯਾਰ ਸੱਦ ਲਿਆ ਇਹਨੇ ਸਬਜ਼ੀ ਕੱਟਣ ਵਾਲਾ ਕਤਰੀਆ ਸ਼ਿਫਟ ਵੀ ਲਾਣ ਜਾਣੀ ਹੈ ਜਲਦੀ ਕਰੋ ਜਦੋਂ ਕੱਟਣ ਦੀ ਚਲੋ ਵਾਰੀ ਆ ਗਈ ਤੇ ਮੈਨੂੰ ਗਾਂ ਕਰਤਾ ਇਹਨੇ ਯਾਰ ਚਲ ਕੋਈ ਨਾ ਪਤਾ ਕੀ ਹੈ ਇਹ ਨਾ ਸਬਜ਼ੀਆਂ ਜਲਦੀ ਕੱਟ ਲੈਂਦੇ ਹਰ ਥਾਂ 'ਚ ਤੈਨੂੰ ਗਾਂ ਕਰ ਦਿੰਦੀ ਹੈ ਇਹ ਜਦੋਂ ਕਲੇਸ਼ ਪੈਂਦਾ
ਉਦੋਂ ਵੀ ਪਰ ਤੇਰਾ ਤਾਂ ਵਿਚਾਰੇ ਪਿਆ ਹੀ ਨਹੀਂ, ਪਰ ਇਹ ਬੋਲ ਬੋਲ ਪੈਂਦਾ ਕੈਮਰੇ ਦੇ ਮਗਰੀ, ਦਾਦੀ ਉਹ ਅਸੀਂ ਦੇ ਦਾਂਗੇ ਪਰੂਫ, ਅਸੀਂ ਐਂ ਕਰ ਦਾਂਗੇ। ਬਾਲਾ ਹੀ ਤਰਸ ਆਉਂਦਾ ਵਿਚਾਰੇ 'ਤੇ ਮਿੰਨਤਾ ਯਾਰ, ਇੰਨਾ ਵੀ ਪਿਆਰ ਨਹੀਂ ਗੂੜਾ ਹੋਣਾ ਚਾਹੀਦਾ ਕਪਲਸ ਕਿ ਤੁਸੀਂ ਵਲੋਗ ਬਣਾਓ ਮੈਂ ਸਬਜ਼ੀਆਂ ਕੱਟਦਾ। ਚਲੋ ਜਿਹੜੀ ਪਹਿਲਾਂ ਇੰਟਰੋ ਸੀ ਉਹ ਸ਼ੁਰੂ ਕਰ ਲਈ, ਬਾਅਦ 'ਚ ਹੁਣ ਕੰਮ ਸਾਰੇ ਟੁੰਨਾ ਕਰੇਗਾ। ਮੈਂ ਤਾਂ ਸਟੀਲ ਬੁਲ ਕੋਲੇ ਯਾਦ ਕੀਤਾ ਤੂੰ ਤਾਂ ਪਹਿਲਾਂ ਹੀ ਆ ਗਿਆ, 8 ਵੱਜ ਚੁੱਕੇ ਰਾਤ ਦੇ ਤੇ ਸਵੇਰੇ ਆਪਾਂ ਅਰਲੀ ਮਾਰਨਿੰਗ ਨਿਕਲਣਾ 5 ਵਜੇ। ਸੋ ਜਿਹੜਾ ਬੰਦਾ ਜਿਹੜਾ ਕੰਮ ਜਲਦੀ ਕਰਦਾ ਵਾ ਨਾ ਫਿਰ ਵਧੀਆ ਟਾਈਮ ਬਚੂਗਾ। ਬਾਕੀ ਗਾਈਸ ਆਪਾਂ ਦੱਸੋ ਯਾਰ ਸਾਰਿਆਂ ਨੂੰ ਕਿ ਇਹ ਵਾਲੇ ਵਲੌਗ ਇਹ ਵਾਲੇ ਚੈਨਲ ਦੇ ਵਿੱਚ ਆਪਾਂ ਦੋਨੋਂ ਕੁਕਿੰਗ ਕਰਿਆ ਕਰਾਂਗੇ ਹੁਣ। ਅੱਗੇ ਤੂੰ ਕੱਲੀ ਬਣਾਉਣੀ ਹੁੰਦੀ ਹੈ, ਰਲ ਮਿਲ ਕੇ ਨਾ ਆਏ ਆਖ 20% ਮੇਰਾ ਹਿੱਸਾ ਸੀ ਇਸ ਵਿਚਾਰੇ ਦਾ, ਛਿੱਲੜ ਦਾ, ਇਹਦਾ ਨਾਂ ਛਿੱਲੜ ਹੈ। ਵਲੌਗ ਬਣਾਉਣਾ ਨਾ ਤਾਂ ਫਿਰ ਉਸ ਤੋਂ ਬਾਅਦ ਆਪਾਂ ਕਰੀਏ ਸਟਾਰਟ ਤੜਕਾ ਲਾਣਾ। ਬਾਕੀ ਗਾਈਸ ਮੈਂ ਆਹ ਵਾਲਾ ਐਪਰਨ ਆਪਣਾ ਮੰਗਾ ਲਿਆ ਸੀਗਾ ਇੰਡੀਆ ਤੋਂ, ਕਿਉਂਕਿ ਤੁਸੀਂ ਦੇਖਿਆ ਸੀ ਜਦੋਂ ਮੈਂ ਕੈਨੇਡਾ ਆਈ ਸੀਗੀ ਇੱਥੇ ਆ ਕੇ ਮੈਂ ਸਿਰਫ 2 ਹੀ ਵਲੌਗ ਪਾਏ ਸੀ ਕੁਕਿੰਗ ਦੇ, ਕਿਉਂਕਿ ਯਾਰ ਤੁਹਾਨੂੰ ਪਤਾ ਹੀ ਆ ਥੋੜ੍ਹਾ ਮੈਂ ਤੁਹਾਨੂੰ ਪ੍ਰੋਬਲਮ ਦੱਸੀ ਸੀ, ਇੱਕ ਤਾਂ ਕੋਈ ਬਣਾਉਣ ਵਾਲਾ ਨਹੀਂ ਸੀ ਹੁੰਦਾ ਮੇਰਾ ਵਲੌਗ ਅਤੇ ਦੂਜਾ ਥੋੜ੍ਹਾ ਟਾਈਮ ਦੀ ਪ੍ਰੋਬਲਮ ਸੀਗੀ। ਬਟ ਹੁਣ ਆਪਾਂ ਸੋਚ ਲਿਆ ਆਪਾਂ ਹੁਣ ਰੈਗੂਲਰ ਬਣਾਇਆ ਹੀ ਕਰਨੇ ਆ ਅਤੇ ਬਸ ਬਣਾਇਆ ਕਰਨੇ ਆ ਐਪਰਨ ਆਪਾਂ ਮੰਗਾ ਲਿਆ। ਮੈਨੂੰ ਥੋੜ੍ਹੀ ਐਪਰਨ ਦੀ ਜ਼ਿਆਦਾ ਲੋੜ ਹੁੰਦੀ ਹੈ ਨਾ, ਇਹਨਾਂ ਨੂੰ ਲੋੜ ਨਹੀਂ ਹੈਗੀ, ਇੱਦਾਂ ਹੀ ਕੰਮ ਕਰ ਲੈਂਦੇ ਹੁੰਦੇ ਆ ਕਿਉਂਕਿ ਉਹ ਕੀ ਆਰਾਮ ਨਾਲ ਸਬਜ਼ੀ ਬਣਾਉਂਦਾ ਕੱਟਦਾ, ਜਾਂ ਤੂੰ ਇਹੋ ਜਿਹੇ ਐਂ ਭੜਕਾ ਭੜਕਾ ਸਿੱਟਦੀ ਜਿਹੜੇ ਤੇਰੇ ਐਪਰਨ 'ਤੇ ਆ ਕੇ ਵੱਜਦੇ ਆਲੂ, ਦੱਸ ਲੈ ਐਪਰਨ ਦੀ ਲੋੜ ਨਹੀਂ। ਇਹ ਤਾਂ ਯਾਰ ਚੋਚਲੇ ਹੈ ਵੇ, ਕਈ ਲੋਕਾਂ ਦੇ ਐਂ ਵੀ ਹੁੰਦਾ ਐਪਰਨ ਪਾਇਆ ਹੁੰਦਾ ਐਪਰਨ ਸਾਰਾ ਲਿਬੜ ਜਾਂਦਾ, ਕਈ ਐਪਰਨ ਪਾਉਂਦੇ ਨੇ ਉਹਨਾਂ ਦੇ ਮੈਂ ਮਜ਼ਾ ਲਾ, ਟੀ ਸ਼ਰਟ ਜਾਂ ਬੁੜੀ ਦੇ ਸੂਟ 'ਤੇ ਦਾਗ ਵੀ ਲੱਗ ਜਾਏ ਕਿਸੇ ਚੀਜ਼ ਦਾ, ਤਰੀਕਾ ਹੁੰਦਾ ਹਰ ਚੀਜ਼ ਬਣਾਉਣ ਦਾ। ਜਦੋਂ ਆਟੇ 'ਚ ਪੇੜਾ ਘੁਮਾ ਕੇ ਐਂ ਕਰੂੰਗੇ ਤਾਂ ਖਿਲਰੂ ਗਈ, ਓਬਵੀਅਸ ਜੀ ਗੱਲ ਆ। ਸਾਰੀਆਂ ਸਬਜ਼ੀਆਂ ਉਹਦੇ ਕੋਲੋਂ ਕਟਾ ਲਈਆਂ ਵਿਚਾਰੇ ਕੋਲੋਂ, ਮੈਂ ਕਹਿੰਦਾ ਯਾਰ ਬਾਈ ਇੰਨੀ ਮਾੜੀ ਕਿਸੇ ਨਾਲ ਨਾ ਹੋਵੇ, ਕਿਸੇ ਨਾਲ ਵੀ ਨਾ ਹੋਵੇ, ਟੋਟਲੀਆਂ ਸਬਜ਼ੀਆਂ ਕਟਾ ਲਈਆਂ ਪੂਰੇ ਕਵਿਤਾ, ਤੂੰ ਪਹਿਲਾਂ ਹੀ ਕਟਾ ਕੇ ਰੱਖ ਲੈਂਦੀ, ਆਹ ਸੀ ਗੋਭੀ ਕੱਟੀ ਹੋਈ, ਆਹ ਕੱਟਿਆ ਹੋਇਆ, ਹੁਣ ਜਦੋਂ ਤੇਲ ਪਾਉਣ ਦੀ ਵਾਰੀ ਹੋਈ ਉਦੋਂ ਆਹ ਮੂਹਰੇ ਹੋ ਗਈ। ਗਲਤ ਗੱਲ ਆ ਯਾਰ, ਇਹ ਤਾਂ ਨਾ ਇਨਸਾਫੀ ਹੋ ਰਹੀ ਹੈ ਵਿਚਾਰੇ ਨਾਲ। ਤੂੰ ਰੋਪਲ ਇੰਨਾ ਇੰਨਾ ਤੇਲ ਪੈਂਦਾ, ਅਸੀਂ ਤਾਂ ਇਹਦੇ ਅੱਧਾ ਪਾਉਣੇ ਆ, ਇਹਦਾ ਮਤਲਬ ਅਸੀਂ ਮੁੰਜੀ ਹਾਂ। ਅੱਧਾ ਗਲਾਸ ਤੇਲ ਦਾ ਪਾਤਾ, ਵਾਹ ਜੀਰਾ ਪਾਉਣਾ ਸੀ ਪਹਿਲਾਂ ਤੈਨੂੰ ਯਾਰ, ਸਾਲੇ ਕੁਕਿੰਗ ਚੈਨਲ ਕਿੱਥੋਂ ਖੋਲ੍ਹ ਲਏ ਇਹਨਾਂ ਨੇ ਯਾਰ। ਮੈਂ ਕਿਸੇ ਇੱਕ ਹੋਰ ਬੰਦੇ ਦੀ ਵੀਡੀਓ ਵੇਖੀ ਸੀ, ਉਹਨੇ ਉਹ ਬੰਦਾ ਸੀ ਉਹਦਾ ਕੁਕਿੰਗ ਦਾ ਢੰਗ ਦੱਸਦਾ ਪਿਆ ਸੀ, ਕਹਿੰਦਾ ਜ਼ਰੂਰੀ ਨਹੀਂ ਕਿ ਤੁਸੀਂ ਕੋਈ ਵੀ ਚੀਜ਼ ਦੀ ਕੁਕਿੰਗ ਕਰਨੀ ਹੈ, ਕੋਈ ਵੀ ਚੀਜ਼ ਬਣਾਉਣੀ ਹੈ ਤਾਂ ਉਹਦੇ 'ਚ ਤੇਲ ਪਾਉਣਾ ਜ਼ਰੂਰੀ ਹੈ, ਇੱਕ ਬੂੰਦ ਤੇਲ ਦੀ ਜਾਂ ਨਾ ਵੀ ਪਾਉਂਗੇ ਨਾ, ਉਹਨੇ ਜਿਹੜੀਆਂ ਗੰਢੇ ਟਮਾਟਰ ਪਾਉਣੀ ਇਸ ਢੰਗ ਨਾਲ ਦੱਸੇ ਸੀ ਕਿ ਉਹ ਚੀਜ਼ ਦਾ ਤੜਕਾ ਆਲਰੇਡੀ ਲੱਗ ਜਾਂਦਾ, ਗੰਢੇ ਲਾਲ ਆਲਰੇਡੀ ਹੋ ਜਾਂਦੇ ਆ। ਉਹ ਕਹਿੰਦਾ ਪਹਿਲਾਂ ਪਤਾ ਨਹੀਂ, ਕਹਿੰਦਾ ਸੀ ਪਿਆਜ਼ ਪਾ ਦਿਉ, ਪਿਆਜ਼ 'ਚ ਵੀ ਥੋੜ੍ਹਾ ਜਿਹਾ ਪਾਣੀ ਹੁੰਦਾ, ਟਮਾਟਰ ਪਾਉਂਗੇ ਟਮਾਟਰ 'ਚ ਤਾਂ ਆਲਰੇਡੀ ਪਾਣੀ ਹੁੰਦਾ, ਐਂ ਜੇ ਤੜਕਾ ਲਾਉਣਾ ਸਿਖਾਇਆ ਸੀ ਉਸ ਬੰਦੇ ਨੇ। ਮੈਂ ਕਹਿੰਦਾ ਵਾਹ ਜੀ ਵਾਹ, ਬਿਨਾਂ ਤੇਲ ਤੋਂ ਤੜਕਾ ਲਾਉਣਾ ਸਿਖਾਤਾ ਸੀ ਉਹਨੇ, ਮੈਨੂੰ ਪਤਾ ਨਹੀਂ ਕੌਣ ਸੀ, ਮੈਂ ਰੀਲ ਵੇਖੀ ਸੀ। ਬੜਾ ਇੱਥੇ ਜਾਣੂ ਸ਼ੇਰ ਡਿੱਗ ਦੇ ਦਿੱਤੋ। ਵੈਸੇ ਸਭ ਤੋਂ ਪਹਿਲਾਂ ਪਾਈਦਾ ਜੀਰਾ, ਕਿਉਂਕਿ ਜੀਰਾ ਹੈਗਾ ਆ ਬਟ ਪਾਊਡਰ ਹੈਗਾ। ਜੀਰਾ ਸਾਡੇ ਕੋਲ ਜਿਹੜਾ ਜੀਰਾ ਪਾਊਡਰ ਹੁੰਦਾ ਨਾ ਉਹ ਹੈਗਾ। ਵੈਸੇ ਆਪਾਂ ਨਾ ਜੀਰਾ ਲੈ ਕੇ ਆਉਣਾ ਸੀ ਪਰ ਆਪਾਂ ਸੁਪਰ ਸਟੋਰ ਗਏ ਸੀਗੇ, ਉੱਥੇ ਸਾਨੂੰ ਜੀਰਾ ਉੱਦਾਂ ਨਹੀਂ ਮਿਲਿਆ ਪਰ ਜੀਰਾ ਪਾਊਡਰ ਮਿਲ ਗਿਆ। ਓਏ ਤੇਰੇ ਕੋਲ ਲੱਕੜ ਦੀ ਕੜਛੀ ਹੈਗੀ ਤਾਂ ਇਹਨੂੰ ਨੋਨ ਸਟਿੱਕ ਤਵੇ ਤੇ ਵਰਤ ਲਿਆ ਕਰੋ, ਖੁਰਚਣਾ ਕਾਹਤੋਂ ਮਾਰੀ ਜਾਂਦੇ ਹੋ। ਮੈਨੂੰ ਕਿਸੇ ਦਾ ਕਮੈਂਟ ਆ ਰੂਲੇ ਵੀ ਆਹੀ ਲੱਛਣਾ ਤੇ, ਓਏ ਤੁਹਾਡਾ ਚੱਲਦਾ ਕੀ ਪਏ ਜ਼ਿੰਦਗੀ 'ਚ, ਪਤਾ ਨਹੀਂ ਕੀ ਹੈ। ਸਾਲਿਆਂ ਦੇ ਜਿੱਦਾਂ ਨਾਲ ਹੀ ਪਾ ਲਾਂਗੇ, ਹਾਂ ਇੱਕ ਦੂਜੇ ਦੇ ਚੈਨੀਆਂ ਲਾ ਲਾ ਪਾਈ ਜਾਣਗੇ। ਹਾਂ ਕੀ ਯਾਰ, ਲੱਗ ਗਿਆ ਤੜਕਾ। ਸੋ ਆਪਾਂ ਹਰੀਆਂ ਮਿਰਚਾਂ ਵੀ ਪਾ ਹੀ ਦਿੰਨੇ ਆ, ਵੇਖ ਲਾ ਅੱਲ ਮੇਰੇ ਤਾਂ 4 ਸੀਗੀਆਂ, ਅੱਧੀਆਂ ਬਾਹਰ ਡਿੱਗੀ ਜਾਂਦੀਆਂ ਯਾਰ, ਬਖਸ਼ਦੇ ਨਹੀਂ ਪਏ ਕਿਸੇ ਨੂੰ।
ਬਾਲਾ ਹੀ ਔਖਾ ਹੋਈ ਜਾਂਦਾ ਤਾਂ। ਹਰੀਆਂ ਮਿਰਚਾਂ ਵੀ ਆਪਾਂ ਪਾ ਹੀ ਦਿੰਦੇ ਹਾਂ ਤੇ ਪਾ ਦੇ ਫਿਰ ਰੋਕਿਆ ਕਿੰਨੇ ਤੈਨੂੰ, ਟਮਾਟਰ ਵੀ ਪਾ ਦੇ, ਲੱਕੜ ਨਾ ਸਿੱਟਦੀ ਕਿਤੇ ਵਿੱਚ ਹੋਰ। ਜਾਣ ਦੋ ਜਵਾਕ ਰੋਲਾ ਪਤਾ ਨੀ ਕਿਉਂ ਪਾਉਂਦੇ ਆ, ਪਾ ਦੀਆਂ ਹਰੀਆਂ ਮਿਰਚਾਂ ਵੀ ਹੈ। ਸੋ ਹੁਣ ਆਪਾਂ ਇਹਦੇ ਚ ਪਾਵਾਂਗੇ ਜਿੰਜਰ ਗਾਰਲਿਕ ਪੇਸਟ। ਚਲੋ ਵਹਿਲਾ ਕਈ ਕਹਿੰਦੇ ਆ ਡਿੱਗੇ ਰਹਿੰਦੇ, ਤੁਸੀਂ ਹੋਰ ਨਾ ਦਰੰਗ ਕਰਾ ਲਿਓ, ਇੰਨਾ ਤੇਲ ਪਾਤਾ ਪਹਿਲਾਂ, ਮੇਰੇ ਹਿਸਾਬ ਨਾਲ ਤਾਂ ਜ਼ਿਆਦਾ ਸੀ, ਬਾਕੀ ਕੀ ਪਤਾ ਇਹਨਾਂ ਦੀ ਕੁਕਿੰਗ ਡਿਫਰੈਂਟ ਹੋਵੇ ਜਾਂ ਬਾਹਰ ਦੇ ਤੇਲ ਹੀ ਉਦਾਂ ਦੇ ਹੋਣ ਆਪਣੇ ਵਾਲੇ ਡਬਲ ਪਾਉਣੇ ਪੈਂਦੇ ਹੋਣ। ਨਹੀਂ ਇਹ ਤਾਂ ਨਹੀਂ ਹੋ ਸਕਦਾ, ਮੰਨਿਆ ਡਾਲਰ ਜ਼ਿਆਦਾ ਤਾਂ ਇਹ ਥੋੜੀ ਹੈ ਸਮਾਨ। ਚਲੋ ਵਧੀਆ ਟੇਸਟ ਆਉਂਦਾ, ਅੱਛਾ ਅਸਲੀ ਇਹਦਾ ਅਸਲੀ ਵਾਲਾ ਟੇਸਟ ਉਹਦੇ 'ਚ ਹੀ ਆਉਂਦਾ। ਪਰ ਆਪਾਂ ਕਦੀ ਟਰਾਈ ਕਰਾਂਗੇ ਉਹ ਵੀ, ਇੱਕ ਵਾਰ ਮੇਰੇ ਕੋਲ ਪਿਆ ਨਹੀਂ ਸੀ ਯਾਰ, ਉਹੀ ਯਾਰ ਥੋੜਾ ਤੈਨੂੰ ਆਲਸ ਜਿਹਾ ਪੈ ਜਾਂਦਾ, ਦੋਨੋਂ ਚੀਜ਼ਾਂ ਕੱਟੋ ਤੈਨੂੰ ਪੈਂਦਾ ਕਦੋਂ ਨਹੀਂ, ਫਿਰ ਥੋੜਾ ਸ਼ਾਰਟਕਟ ਆ ਕੱਟਣੀਆਂ ਚੀਜ਼ਾਂ ਮੈਂ ਹੀ ਹੁੰਦੀ ਆ ਵਾ ਯਾਰ, ਤੇ ਧਰਦੇ ਵੀ ਤਰਸ ਆ ਜਾਂਦਾ ਨਾ, ਦੋ ਚੀਜ਼ਾਂ ਝੂਠੀ ਤੇਰੇ ਵੀ ਪਰੌਂਠੇ ਬਣੀ, ਤੇਰਾ ਤਾਂ ਵਾਕਈ ਪਰੌਂਠਾ ਬਣੀ ਜਾਂਦਾ ਲੋ, ਤੇ ਪਰੌਂਠਾ ਰਹਿਣ ਦੇ ਚੱਕਰ ਨੂੰ ਤੈਨੂੰ ਚੱਕ ਲਿਓ, ਇਹੀ ਬਹੁਤ ਹੈ। ਲੱਗ ਗਿਆ ਤੜਕਾ, 5 ਮਿੰਟਾਂ 'ਚ ਤੜਕਾ ਲੱਗਿਆ, ਇੱਥੇ ਰੋਟੀ ਲੈ ਕੇ ਵੀ ਤਿਆਰ ਹੋ ਜਾਂਦੀ ਹੈ 5 ਮਿੰਟਾਂ 'ਚ, ਸਣੇ ਸਬਜ਼ੀ 10 ਮਿੰਟ ਲਾ ਲਓ, ਤੁਸੀਂ ਮੈਗੀ ਬਣਾਓ ਤਾਂ ਤੁਸੀਂ ਅੱਧਾ ਘੰਟਾ ਲਾ ਦਿਓ ਮੇਰੇ ਹਿਸਾਬ ਨਾਲ, ਉਹ ਵੀ ਐਂਜਲ ਮੂਹਰੇ ਕਰ ਦੂਗੀ। ਹੁਣ ਤੁਹਾਨੂੰ ਮੈਗੀ ਦੇ ਪੈਕਟ ਖੋਲ੍ਹ ਕੇ ਮੈਗੀ ਕੱਟਣ ਲੱਗੇ ਹੈ, ਹੱਥ ਨਾਲ ਪਾ ਦੇ ਉਹੀ ਜਿੰਜਰ ਗਾਰਲਿਕ ਤੇਰਾ ਲੱਕੜ ਤੇ ਲੱਗੀ ਜਾਂਦਾ ਯਾਰ, ਨਮਕ ਪਾ ਦੇ, ਮੈਨੂੰ ਲੱਗਦਾ ਆਉਂਦੀ ਟੁੰਨੇ ਨੂੰ ਐਂ ਪਾਉਂਦੀ। ਸਾਰੇ ਮਸਾਲੇ ਪਾਵਾਂਗੇ, ਮੈਂ ਤੁਹਾਨੂੰ ਦੱਸੂਗੀ ਕਿਹੜੇ ਕਿਹੜੇ ਮਸਾਲੇ ਆਪਾਂ ਪਾਉਂਦੇ ਹਾਂ, ਨਮਕ ਤਾਂ ਆਪਾਂ ਪਾਵਾਂਗੇ ਇਹ ਮਸਾਲਾ, ਤੇ ਸਬਜ਼ੀ ਦੇ ਹਿਸਾਬ ਨਾਲ ਨਮਕ ਦੀ ਮੈਂ 2 ਚਮਚ ਪਾ ਦਾਂ ਹਨਾ, ਤੇਰਾ ਭਲਾ ਹੋ ਜੇ ਥੋੜਾ ਹੋਰ ਪਾ ਦੇ, ਥੋੜਾ ਹੋਰ ਪਾ ਦਿੰਦੀ ਆ, ਪਤਾ ਨਹੀਂ ਇੱਕ ਚੀਜ਼ ਹੋਰ ਯਾਰ, ਇੱਥੋਂ ਦੇ ਮਸਾਲੇ ਤੇਜ਼ ਨਹੀਂ ਹੈਗੇ ਇੰਨੇ, ਥੋੜਾ ਵੱਧ ਹੀ ਪਾਉਣਾ ਪੈਂਦਾ। ਅੱਛਾ, ਸੋ ਉਸ ਤੋਂ ਬਾਅਦ ਆਪਾਂ ਪਾਵਾਂਗੇ ਕਿਚਨ ਕਿੰਗ ਮਸਾਲਾ, ਇਹ ਗਰਮ ਮਸਾਲਾ, ਹਾਂ ਗਰਮ ਮਸਾਲਾ ਹੈ, ਚਲੋ ਨਾ ਇੱਕੋ ਜਿੱਕੇ ਲੱਗੀ ਜਾਂਦੇ ਆ, ਤੇ ਫਿਰ ਆਪਾਂ ਪਾਵਾਂਗੇ ਕਿਚਨ ਕਿੰਗ, ਬਾਕੀ ਮੈਂ ਸਿਰਫ 1 ਚਮਚ ਪਾ ਰਹੀ ਆ, ਤੇ ਇਹ ਹੈਗਾ ਜੀਰਾ ਪਾਊਡਰ, ਇਹ ਵੀ ਇੱਕ ਪਾ ਦਾਂ ਨਾ, ਹਾਂ ਇੱਕ ਪਾ ਦੋ, ਪਾ ਦੋ ਇੱਕ ਪਾ ਦਿੰਨੀ ਆ, ਥੋੜਾ ਹੋਰ ਪਾ ਦਾ, ਥੋੜਾ ਜਿਹਾ ਪਾ ਦੇ ਪਾ ਦੇ ਪਾ ਦੇ, ਤੇ ਆ ਹੈਗੇ ਖਰੇ ਮਸਾਲੇ, ਖਰੇ ਮਸਾਲੇ ਦਾ ਆਪਾਂ ਪੀਸ ਕੇ, ਖਰੇ ਮਸਾਲੇ ਜਾਂ ਖੜੇ ਮਸਾਲੇ, ਬੈਠੇ ਕਿਹੜੇ ਆ ਫਿਰ, ਜੇ ਖੜੇ ਆ ਤਾਂ ਇੰਨੇ ਮਸਾਲੇ, ਤੇਰਾ ਭਲਾ ਹੋ ਜੇ ਇੱਕ ਆਲੂ ਗੋਭੀ ਜੀ, ਕੋਈ ਮਟਰ ਪਨੀਰ ਜਾਂ ਸ਼ਾਹੀ ਪਨੀਰ ਬਣਾਉਣਾ ਪੈ ਜੇ ਤੁਸੀਂ ਤਾਂ ਡੱਬੇ ਡੋਲ ਦੋ ਵਿੱਚ, ਤੁਸੀਂ ਆਖੋ ਰਹਿਣ ਦੇ ਗੈਸ 'ਤੇ ਬਣਾਉਣ ਨੂੰ, ਆ ਲੂਣ ਮਿਰਚਾਂ ਵਾਲੇ ਗੱਲੇ 'ਚ ਹੀ ਬਣਾ ਲਾ ਰੱਖੇ ਹੋਏ ਆ। ਵੈਸੇ ਜਦੋਂ ਮੈਂ ਇੰਡੀਆ ਕਿਚਨ ਦੇ ਵਲੌਗਸ ਬਣਾਉਂਦੀ ਸੀ ਹਲਦੀ ਰਹਿ ਗਈ, ਹਲਦੀ ਆਪਾਂ ਥੋੜੀ ਲਾਲ ਮਿਰਚ ਪਾਤੀ, ਮੈਨੂੰ ਲੱਗਦਾ ਉਹ ਵੀ ਨਹੀਂ ਪਾਈ ਕਿ ਪਾਤੀ, ਮੇਨ ਚੀਜ਼ ਪਾਵਾਂਗੇ ਆਪਾਂ ਦੇਗੀ ਮਿਰਚ, ਦੇਗੀ ਮਿਰਚ ਤੇ ਪੁੱਛੋ ਨਾ ਮੈਨੂੰ ਤੇ ਐਮਡੀਐਚ ਤੋਂ ਇਲਾਵਾ ਕੋਈ, ਦੇਗੀ ਮਿਰਚ ਦਾ ਤੜਕਾ ਅੰਗ ਅੰਗ ਭੜਕਾ, ਲਾਲ ਮਿਰਚ ਦਾ ਤੜਕਾ ਅੰਗ ਅੰਗ ਫੜਕਾ। ਅੱਛਾ ਆ ਗਿਆ ਟੁੰਨਾ, ਆ ਗਿਆ ਟੁੰਨਾ, ਬਹਿ ਗਈ ਐਂਜਲ, ਕੀ ਕਹਿ ਗਈ ਐਂਜਲ, ਐਮਡੀਐਚ ਵਾਲੀ ਦਾ ਕਲਰ ਹੈਗਾ, ਬਾਕੀ ਤਾਂ ਅੱਛਾ ਦੋ ਵਾਦੇ, ਹਾਂ ਨਲ ਬਸ ਸਬਜ਼ੀ ਤੂੰ ਰੋਪੜ ਹੋ ਨਹੀਂ ਲੱਗਦੀ ਆ ਜਦੋਂ ਦੇਗੀ ਵਿੱਚ ਦਾ ਕਲਰ ਹੋਵੇ ਰੈਡ ਰੈਡ, ਸੋਹਣੀ ਨੂੰ ਸਬਜ਼ੀ ਨੇ ਮੇਕਅਪ ਕੀਤਾ, ਸੋਹਣੀ ਲੱਗਦੀ, ਸੋਹਣੀ ਆ ਸੋਹਣ, ਸਬਜ਼ੀ ਵੀ ਸੋਹਣੀ ਹੁੰਦੀ ਹੈ ਕਦੇ ਵੇਖਣ 'ਚ, ਕਮਾਲ ਦੀ ਗੱਲ ਹੈ, ਡਿਲੀਸ਼ੀਅਸ ਯੰਮੀ ਜੀ ਲੱਗਦੀ ਹੈ, ਇਧਰ ਆਪਾਂ ਸਾਰੇ ਮਸਾਲੇ, ਤੇ ਮੈਂ ਇੱਕ ਗੱਲ ਦੱਸਦੀ ਪਈ ਸੀ, ਤੁਸੀਂ ਸਾਡੇ ਵਲੌਗਸ ਦੇਖਦੇ ਸੀ ਕਿਚਨ ਵਾਲੇ ਜਦੋਂ ਮੈਂ ਇੰਡੀਆ ਬਣਦੀ ਸੀ, ਆਪਾਂ ਖਰੇ ਮਸਾਲੇ ਉੱਦਾਂ ਹੀ ਪਾਉਂਦੇ ਹੁੰਦੇ ਸੀਗੇ, ਸਾਰੇ ਆਪਾਂ ਰੱਖੇ ਸੀਗੇ, ਤੇ ਇੱਥੇ ਆਪਾਂ ਲੈ ਕੇ ਆਏ ਸੀ, ਤੇ ਆਪਾਂ ਸਾਰੇ ਪੀਸ ਦਿੱਤੇ ਸੀਗੇ ਮਿਕਸੀ 'ਚ, ਚਲੋ ਫਿਰ ਆਪਾਂ ਹੁਣ ਸਾਰੇ ਇਕੱਠੇ, ਮਿਕਸੀ ਹੈਗੀ ਤੁਹਾਡੇ ਕੋਲੇ, ਟੁੰਨੇ ਦੀ ਉਂਗਲਾਂ ਪਾ ਕੇ ਘੁਮਾ ਦੇ ਵਿੱਚ, ਹਲੇ ਹੋਇਆ ਨਹੀਂ, ਚਲੋ ਹੁਣ ਹਲੇ, ਵੈਸੇ ਆਪਾਂ ਇਹਦੇ ਵਿੱਚ ਮਟਰ ਵੀ ਪਾ ਸਕਦੇ ਆ, ਮੇਰੇ ਕੋਲ ਨਾ ਮਟਰ ਪਏ ਹੋਏ ਸੀਗੇ, ਫਿਰ ਆਪਾਂ ਨਾ ਪਰਸੋਂ ਮਟਰ ਪਨੀਰ ਬਣਾਏ ਸੀ, ਸਾਰੇ ਉੱਚ ਪਾਤੇ, ਮਟਰ ਵੀ ਬਣਾਏ ਤੂੰ ਜੀ, ਤੂੰ ਬਣਾਇਆ ਸੀ ਮਟਰ, ਮੇਰੀ ਗੱਲ ਦੱਸੋ ਇੱਕ ਸੱਚ, ਜਿਹੜੇ ਕੈਨੇਡਾ ਰਹਿੰਦੇ ਆ, ਕਿਉਂਕਿ ਇਹ ਮੈਨੂੰ ਚੀਜ਼ ਸੱਚੀ ਨਹੀਂ ਪਤਾ ਯਾਰ,
ਆ ਜਿਵੇਂ ਹੁਣ ਗੈਸ 'ਤੇ ਬਣਾਈ ਜਾਂਦੇ ਆ, ਇਹ ਗੈਸ ਦੇ ਆਸੇ ਪਾਸੇ ਉਹ ਰੈਪਰ ਕਾਹਤੋਂ ਲੱਗਿਆ ਹੁੰਦਾ, ਸਿਲਵਰ ਪੇਪਰ ਕਾਹਤੋਂ ਲੱਗਿਆ ਹੁੰਦਾ, ਉੱਥੋਂ ਗੈਸ ਨਾ ਜ਼ਿਆਦਾ ਨਿਕਲੇ ਜਾਂ ਲੀਚੀ ਲਿਬੜੇ ਨਾ, ਜਾਂ ਉੱਥੋਂ ਵੀ ਅੱਗ ਨਿਕਲਦੀ ਹੈ ਬਰਨ ਘਟਾਉਣ ਲਈ, ਮਤਲਬ ਕੀ ਸਿਸਟਮ ਕਾਹਦਾ ਹੁੰਦਾ ਇਹ? ਸਿਲਵਰ ਰੈਪਰ ਜਾਂ ਕਾਹਤੋਂ ਲੱਗਿਆ ਹੁੰਦਾ ਵੀ ਕੋਈ ਚੀਜ਼ ਡੁੱਲ ਜਾਏ, ਉਹ ਚੀਜ਼ ਖਰਾਬ ਨਾ ਹੋਵੇ ਗੈਸ, ਜਾਂ ਇਲੈਕਟ੍ਰਿਕ ਇਲੈਕਟ੍ਰਿਕ ਗੈਸ ਹੁੰਦਾ ਤਾਂ ਕਰਕੇ ਉਹਦੇ 'ਚ ਕੋਈ ਚੀਜ਼ ਚੱਲ ਜਾਏ ਗੈਸ, ਉਹੀ ਹਿਸਾਬ ਹੋ ਗਿਆ ਇੱਕ ਤਰ੍ਹਾਂ ਬਿਹਾਰਤ ਵਾਲੀ ਗੱਲ। ਮਸਾਲਾ ਹੋ ਚੁੱਕਿਆ ਰੈਡੀ ਯਾਰ, ਕਿੰਨਾ ਘੈਂਟ ਲੱਗਦਾ ਪਿਆ ਵਾ, ਬਹੁਤ ਸੋਹਣਾ, ਬਹੁਤ ਡਿਲੀਸ਼ੀਅਸ ਲੱਗਦਾ ਪਿਆ ਦੇਖੋ। ਅੱਛਾ ਦੱਸੋ ਕਮੈਂਟਸ 'ਚ ਕੀ ਦੱਸ ਰਿਹਾ। ਬਾਕੀ ਹੁਣ ਪਾਈਏ ਗੋਭੀ, ਗੋਭੀ ਲਾਦਾ ਜ਼ਿਆਦਾ ਵਾ ਬਸ, ਸਿਰਫ ਮਸਾਲਾ ਘੋਲਣ ਨੂੰ ਰੱਖੀ ਸੀ ਗੋਭੀ ਪਾਉਣੇ, ਇਹਨੂੰ ਧੋ ਲੈਂਦੇ ਕਿ ਨਹੀਂ ਰਿਵਾਜ ਇੱਥੇ ਧੋਣ ਦਾ, ਕਿ ਕੱਢ ਲਈ ਪਾਣੀ 'ਚ ਧੋ ਕੇ, ਗੋਭੀ ਪਾਉਣੇ ਆ ਗਿਆ। ਚਲ ਗੋਭੀ ਨਹੀਂ ਯਾਰ ਕੋਈ ਗੱਲ ਨੀ, ਜਿੰਦੀ ਪਈ ਠੀਕ ਆ, ਮੈਂ ਤੁਹਾਨੂੰ ਕਿਹਾ ਸੀ ਥੋੜੀ ਬਚ ਜੂਗੀ, ਆਪਾਂ ਗੋਭੀ ਵਾਲੀਆਂ ਪਰੌਂਠੀਆਂ ਬਣਾ ਲਾਂਗੇ। ਪਰੌਂਠੀਆਂ ਵੈਸੇ ਆਹੀ ਸਬਜ਼ੀ ਸਾਡੀ ਕੱਲ ਵੀ ਚੱਲ ਜਾਣੀ ਆ। ਹਲੋ ਬਹੁਤ ਆ ਯਾਰ, ਚਲ ਹਾਂ ਬਹੁਤ ਆ, ਇੰਨੀ ਕੁ ਬਚ ਗਈ ਆ, ਇਹਦੇ ਆਪਾਂ ਗੋਭੀ ਵਾਲੇ ਪਰੌਂਠੇ ਬਣਾਵਾਂਗੇ ਪਰਸੋਂ। ਮੰਨ ਲਓ ਤੁਹਾਡੇ ਵੀ ਏਦਾਂ ਕਦੇ ਸਿਚੁਏਸ਼ਨ ਆ ਜਾਂਦੀ, ਤੁਸੀਂ ਕੋਈ ਸਬਜ਼ੀ ਬਣਾਉਣੇ ਪਏ ਹੋ ਹਨਾ, ਉਹਦੇ 'ਚ ਤੁਹਾਡੀ ਕੜਾਈ ਬਾਹਲੀ ਜ਼ਿਆਦਾ ਭਰ ਗਈ, ਤੁਹਾਨੂੰ ਪਤਾ ਉਹਨੂੰ ਅਸੀਂ ਰਲਾਵਾਂਗੇ ਤਾਂ ਡੁੱਲੂਗੀ ਜਾਂ ਕੁਛ ਵੀ ਹੋਊਗਾ, ਇੱਕ ਸੌਖਾ ਤਰੀਕਾ ਇਹਨੂੰ ਰਲਾਉਣ ਦਾ, ਪਰ ਸੌਖਾ ਵੀ ਹੈ ਅਤੇ ਪੁੱਠਾ ਵੀ ਹੈ, ਇਹ ਨਹੀਂ ਕਿ ਜਿਹਨਾਂ ਕੋਲ ਮਾੜੀ ਚੀਜ਼ ਆ ਕਿਤੇ ਹੋਰ ਮੇਰੇ ਮਗਰ ਲੱਗ ਜਾਂਦਾ ਐਵੇਂ ਰਲਾਈ ਜਾਵੇ, ਨਹੀਂ ਰਲਦੀ ਤਾਂ ਇਹਦੇ ਨਾਲ ਦਾ ਕੋਈ ਫਰਾਈਪੈਨ ਜਾਂ ਬਾਟੀ ਲੈਣੀ ਹੈ, ਇਹਦੇ ਉੱਤੇ ਮੁੱਦੀ ਮਾਰਨੀ ਹੈ, ਐਂ ਹਿਲਾ ਦੇਣਾ, ਉਹਦੇ ਨਾਲ ਕਿ ਚੀਜ਼ ਹਿੱਲ ਜਾਂਦੀ ਵਧੀਆ, ਉਹ ਵੱਖਰੀ ਗੱਲ ਉੱਪਰਲੀ ਕੜਾਈ ਲਿਬੜੂਗੀ, ਪਰ ਹਾਂ ਹਿੱਲ ਜਾਂਦੀ ਹੈ, ਜਿੱਥੇ ਫਾਇਦਾ ਤਾਂ ਉੱਥੇ ਨੁਕਸਾਨ ਵੀ ਹੈ ਥੋੜ੍ਹਾ ਜਿਹਾ। ਤੁਹਾਡੀ ਗਲਤੀ ਹੈ ਨਾ, ਫਿਰ ਘਰਦਿਆਂ ਦੀ ਥੋੜੀ ਗਲਤੀ ਹੋਈ, ਲੈ ਕੱਪੜਿਆਂ ਦੀ ਪਈ ਸੀ, ਮੈਨੂੰ ਕੱਪੜੇ ਜ਼ਿਆਦਾ ਇੰਪੋਰਟੈਂਟ ਸੀ, ਕੱਪੜੇ ਆ ਜਾਣ ਮੇਰੇ ਬਸ, ਭਾਂਡਿਆਂ ਦਾ ਕੋਈ ਚੱਕਰ ਨਹੀਂ, ਕੱਪੜੇ ਉਹਦੀ ਜਗ੍ਹਾ ਪਾ ਦੋ। ਤੇ ਜਦੋਂ ਇਹ ਆਏ ਇਹ ਵੀ ਥੋੜੇ ਲਿਆਏ ਸੀਗੇ, ਇੱਕ ਆਪਾਂ ਦੋ ਜਣੇ ਦੇ ਹਿਸਾਬ ਨਾਲ ਆਪਾਂ ਭਾਂਡੇ ਵੀ ਖਡੋਣਿਆਂ ਵਰਗੇ ਰੱਖੇ ਹੋਏ ਆ ਛੋਟੇ ਛੋਟੇ ਜਿਹੇ। ਚਲੋ ਇੰਡੀਆ ਵਿੱਚ ਦੇਖਦੇ ਸੀ ਕਿਚਨ ਵਾਲੇ ਵਲੌਗ, ਵੱਡੀਆਂ ਵੱਡੀਆਂ ਕੜਾਈਆਂ ਹੁੰਦੀਆਂ ਸੀ, ਇੱਥੇ ਕੜਾਈ ਛੋਟੀ ਹੁੰਦੀ। ਕਿਹਨੇ ਨਿੱਕੇ ਹੁੰਦੇ ਘਰ ਘਰ ਖੇਡਿਆ, ਕਿਹਨੇ ਖੇਡਿਆ ਹੋਊਗਾ, ਸੌਰੀ ਕੁੜੀਆਂ ਤਾਂ ਸਪੈਸ਼ਲੀ ਖੇਡਦੀਆਂ ਸੀ ਨਿੱਕੇ ਹੁੰਦੇ ਘਰ ਘਰ, ਇੱਕ ਲੈ ਲੈਣਾ OES ਦਾ OG ਦਾ ਪੈਕਟ, ਉਹਨੂੰ ਭੋਰ ਭੋਰ ਕੇ ਭਾਂਡਿਆਂ 'ਚ ਪਾਪਾ ਦੇਈ ਜਾਣਾ, ਅਸੀਂ ਰੋਟੀ ਬਣਾ ਲਈ, ਅਸੀਂ ਆਹ ਖਾ ਲਿਆ, ਬੜਾ ਮੈਂ ਵੇਖੇ ਸਾਡੀ ਗਲੀ ਜਵਾਕ ਖੇਡਦੇ ਹੁੰਦੇ ਸੀ ਛੱਤਾਂ 'ਤੇ ਖੇਡਦੇ, ਫਿਰ ਅੱਜ ਕੱਲ੍ਹ ਤਾਂ ਉਹ ਟਾਈਮ ਹੀ ਗਿਆ, ਚਲ ਅੱਜ ਕੱਲ੍ਹ ਤਾਂ ਜਵਾਕ ਕਹਿੰਦਾ ਆ ਜਾ ਫਰੀ ਫਾਇਰ ਦਾ ਮੈਚ ਲਾ ਲਾ ਤੂੰ, ਕਰ ਘਰ ਘਰ ਨੂੰ ਰਹਿੰਦੇ, ਮੈਂ ਤੇਰਾ ਘਰ ਢਾ ਦੇਣਾ, ਮੈਂ ਤੇਰੇ ਗੋਲੀਆਂ ਚਲਾ ਦੇਣੀਆਂ, ਵਧੀਆ ਹੁੰਦੇ ਸੀ ਦਿਨ ਯਾਰ। ਆਕਾਸ਼ ਪੋਪਲਿਆਂ ਦਾ ਪੈਕਟ ਹੁੰਦਾ ਸੀ, ਕਿਹਨੂੰ ਪਤਾ ਇੱਕ ਰੁਪਏ ਦਾ ਪੈਕਟ ਹੁੰਦਾ ਸੀ ਆਕਾਸ਼ ਪੋਪਲਿਆਂ ਦਾ, ਇੱਕ ਉਹ ਆਉਂਦੇ ਸੀ ਲੰਬੇ ਪੋਪਲੇ, 5 ਆਉਂਦੇ ਸੀਗੇ, 5 ਉਂਗਲਾਂ ਚੜ੍ਹ ਜਾਂਦੇ ਸੀਗੇ, ਕਿਰਲੀ ਵਾਲਾ ਪੋਪਲਾ ਕਹਿੰਦੇ ਸੀ ਵੀ ਇਹ ਪੋਪਲੇ ਦੇ ਵਿੱਚ ਕਿਰਲੀ ਆਉਂਦੀ ਆ, ਇਹ ਬਣੀਆਂ ਹੋਈਆਂ ਗੱਲਾਂ ਪੁਰਾਣੀਆਂ ਜਿਹੜੀਆਂ ਹੁਣ ਤੱਕ ਵੀ ਚੱਲਦੀਆਂ ਪਈਆਂ, ਗਲਤ ਹੈ। ਕਿਚਨ ਵਾਲੇ ਚੈਨਲ ਤੋਂ ਪੈਸਾ ਕਮਾ ਕੇ ਫਿਰ ਕਿੱਧਰ ਲਿਆ, ਨਾ ਉਸ ਗੈਸ ਤੇ ਨਾ ਇਸ ਗੈਸ ਤੇ, ਚੰਗਾ ਮਾੜਾ ਟਾਈਮ ਸਾਰਿਆਂ 'ਤੇ ਹੀ ਆਉਂਦਾ ਵੈਸੇ, ਅੱਜ ਕੱਲ੍ਹ ਇਹ ਤਾਂ ਚਲੋ ਫਿਰ ਵੀ ਸਰਵਾਈਵ ਕਰੀ ਜਾਂਦੇ, ਜਨਤਾ ਦਾ ਕੈਨੇਡਾ 'ਚ ਬਹੁਤ ਔਖਾ ਹੋਇਆ ਵਾ ਸੱਚੀ, ਮੈਸੇਜ ਆਉਂਦੇ ਲੋਕਾਂ ਦੇ, ਬਾਈ ਫੀਸਾਂ ਨਹੀਂ ਨਿਕਲਦੀਆਂ, ਬਾਈ ਰੈਂਟ ਨਹੀਂ ਨਿਕਲਦੇ, ਕਰੀਏ ਕੀ ਕਰੀਏ ਕੀ। ਯਾਰ ਮੇਰੇ ਹਿਸਾਬ ਨਾਲ ਤਾਂ ਮੇਰਾ ਤਾਂ ਇਹ ਕਹਿਣਾ, ਜੇ ਤੁਸੀਂ ਜਾਣਾ ਨਾ ਕਿਸੇ ਵੀ ਕੰਟਰੀ 'ਚ, ਤੁਸੀਂ 1 ਸਾਲ ਦੀ ਫੀਸ ਭਰ ਕੇ ਚੱਲੇ ਹੋ ਤਾਂ ਅਗਲੇ ਸਾਲ ਦਾ ਤੁਹਾਡੇ ਕੋਲ ਅਰੇਂਜਮੈਂਟ ਹੋਣਾ ਚਾਹੀਦਾ, ਉਹ ਵੱਖਰੀ ਗੱਲ ਹੈ ਤੁਹਾਡੇ ਕੋਲ ਜੁੜ ਜਾਣਗੇ ਜਾਂ ਤੁਸੀਂ ਜਾ ਕੇ ਕੰਮ ਕਰ ਲਓਗੇ ਜਾਂ ਮਿਲ ਜੂਗਾ ਜੁੜ ਜੂਗਾ, ਕੋਈ ਦਿੱਕਤ ਨਹੀਂ, ਪਰ ਹੋਣਾ ਚਾਹੀਦਾ ਅਰੇਂਜਮੈਂਟ, ਜੇ ਹੋ ਸਕਦਾ ਅਰੇਂਜਮੈਂਟ ਤਾਂ ਮੇਰੇ ਹਿਸਾਬ ਨਾਲ ਸਭ ਤੋਂ ਵਧੀਆ। ਕਿੰਨੀ ਕੁ ਫੀਸ ਹੁੰਦੀ ਹੈ ਮੈਨੂੰ ਪਤਾ ਨਹੀਂ, ਵੈਸੇ ਹੁੰਦੀ ਹੈ 8-10 ਲੱਖ ਕਿ ਜ਼ਿਆਦਾ ਹੁੰਦੀ ਹੈ, ਮੈਨੂੰ ਪਤਾ ਨਹੀਂ, ਸੱਚੀ ਨਹੀਂ ਪਤਾ, ਮੈਨੂੰ ਕਮੈਂਟਾਂ 'ਚ ਦੱਸਿਓ ਜਿਹੜੀ ਕੈਨੇਡਾ ਵਾਲੀ ਜਨਤਾ। ਪੜ੍ਹਾਈ ਤਾਂ 2-2.5 ਸਾਲਾਂ ਦੀ ਹੁੰਦੀ ਹੈ, 3 ਸਾਲਾਂ ਦੀ ਹੁੰਦੀ ਹੈ ਨਾ, ਸਾਲ ਦੀ ਤਾਂ ਨਹੀਂ ਹੁੰਦੀ, 1.5 ਤੋਂ ਲੈ ਕੇ 3 ਸਾਲਾਂ ਦੇ ਵਿੱਚ ਹੁੰਦੀ ਹੈ। ਫੀਸ ਕਿੰਨੀ ਹੁੰਦੀ ਹੈ
ਇੰਨੀ ਹੁੰਦੀ ਹੈ 8-10 ਲੱਖ ਹੁੰਦੀ ਕਿ ਨਹੀਂ ਹੁੰਦੀ ਚੱਲ ਚਾਲੀ ਕੱਲ ਟਿਫਨ ਚ ਚਲ ਜੂਗੀ ਚਲੋ ਫਿਰ ਆਪਾਂ ਤੁਹਾਨੂੰ ਦੱਸਦੇ ਆ ਥੋੜੀ ਦੇਰ ਬਾਅਦ ਮੈਨੂੰ ਛੇੜ ਦਵਾਂ ਛੇੜ ਫਿਰ ਆਪਾਂ ਟੇਸਟ ਕਰਕੇ ਦੱਸਾਂਗੇ ਕਿੱਦਾਂ ਦੀ ਬਣੀ ਨਾਲੇ ਆਪਾਂ ਹੁਣ ਪਾਵਾਂਗੇ ਦਹੀਂ ਪਕੌੜੀਆਂ ਅੱਛਾ ਦਹੀਂ ਪਕੌੜੀ ਠੀਕ ਤੋਂ ਪਹਿਲਾਂ ਹੀ ਮੈਂ ਸੁੱਕੂ ਕੋਲ ਬਣਵਾ ਲਓ ਦਹੀਂ ਹੋ ਜੀ ਆਪਣੇ ਆਲੂ ਗੋਭੀ ਹੋ ਚੁੱਕੇ ਆ ਰੈਡੀ ਵੈਸੇ ਨਾ ਆ ਵੇਖੋ ਪਤਾ ਲੱਗ ਜਾਂਦਾ ਹਾਂ ਹੋ ਗਿਆ ਆਲੂ वैसे भी ना आ वेखो तुहानू पता लग जांदा जिद्दां आलू आलू नप्पिया आलू मतलब पक्या निकलिया है ना पूरा भी वधिया बण गई कहिंदी आ मैनूं लगे से आलू कच्चा है बण ही गया नीदा इहदे वेख आ आ इह अड कविता किचन बणी है वी कच्चे नहीं हैगे डन ना हुण चल हना वेखण च ते बहुत स्वाद लगदे पए आ पर मैनूं ना मटर बहुत पसंद आ मैनूं मटर दी कमी लगदी है क्योंकि जदों मैं भरथा वी बणांदी आ ना मैं उदों दी मैनूं कहिंदी आ मटर पाया करो कोई ना बस हुण सारे आए तोड़ देंगी चाट बना देंगे हुण आपां की करिए हुण आपां वधिया जिहा पावांगे दही पकौड़ियां दही दही पकौड़ियां रायता नहीं होंदा बूंदी वाला कद्दू वाला दही च पकौड़ियाँ ये अगे भी पा के खाते सी ये रेसिपी कितों लई है दही पकौड़ियाँ वाली सुखू तो सुखू आखदी होनी है साला मेरा तो कोई लैन देन ही नहीं मैनू एवें इन्हों का वंश होनी चला जिन्हें मैनू चला फिर हाँ चलो चलो एड़िया पकौड़ी और सब्जियां नहीं पकौड़ियाँ मसाले कटदा उत्ते भी बूंदी लिखे है तो फिर भी पकौड़ियाँ आखी जाते हैं अन्नी रे की यार ए बन गए शेफ इंग्रेडिएंट्स काट के दे रहे हैं इंग्रेडिएंट्स चल हां इतना बना लेना इधर नाल एक मसाला भी मिलता है वो भी पा दियो चल बनाने वाले टुन्ना मोरे पकौड़ियाँ ना मिलता ਪਕੌੜੀਆਂ ਜਦੋਂ ਆਪਾਂ ਲੈਂਦੇ ਹਾਂ ਨਾ ਵੈਸੇ ਪਕੌੜੀਆਂ ਵੀ ਬੜੇ ਤਰ੍ਹਾਂ ਦੀਆਂ ਹੁੰਦੀਆਂ ਪਕੌੜੀਆਂ ਆਪਾਂ ਨਾ ਫਰੂਟੀ ਕਹਿਣਾ ਤੋਂ ਲਿੱਤਿਆ ਸੀਗਾ ਇਹਦੇ ਵਿੱਚ ਇੱਕ ਮਸਾਲਾ ਹੁੰਦਾ ਛੋਟਾ ਜਿਹਾ ਪੈਕੇਟ ਬੜਾ ਘੈਂਟ ਹੁੰਦਾ ਬਾਕੀ ਮੈਂ ਗਾਈਸ ਤੁਹਾਨੂੰ ਇੱਕ ਹੋਰ ਚੀਜ਼ ਦੱਸਦੀ ਹਾਂ ਜਦੋਂ ਮੈਂ ਇੱਥੇ ਨਵੀਂ ਨਵੀਂ ਆਈ ਸੀਗੀ ਨਾ ਤੇ ਮੈਂ ਨਾ ਸੋਚਣਾ ਕਿ ਸਬਜ਼ੀਆਂ ਫਿੱਕੀਆਂ ਕਿਉਂ ਬਣਦੀਆਂ ਹਨਾ ਜਦੋਂ ਆਪਾਂ ਗਰੋਸਰੀ ਸਟੋਰ ਤੇ ਜਾਂਦੇ ਹਾਂ ਤੇ ਬੜੇ ਤਰ੍ਹਾਂ ਦੇ ਮਸਾਲੇ ਹੁੰਦੇ ਆ ਬੜੀਆਂ ਸਾਰੀਆਂ ਕੰਪਨੀਆਂ ਹੁੰਦੀਆਂ ਵਾ ਤੇ ਮੇਰੇ ਮਤਲਬ ਅਗਰ ਮੈਂ ਤੁਹਾਨੂੰ ਸੁਜੈਸਟ ਕਰਾਂ ਮੈਂ ਇਹੀ ਕਹੂੰਗੀ ਕਿ ਤੁਸੀਂ ਵੀ MDH ਦੇ ਮਸਾਲੇ ਲਿਆ ਕਰੋ ਕਿਉਂਕਿ ਉਹ ਤਿੱਖੇ ਹੁੰਦੇ ਆ ਮੇਰੇ ਤੇ ਬੈਸਟ MDH ਉਹ ਬਾਬਾ MDH ਵਾਲਾ ਬਾਪੂ ਜੀ ਬੁੱਢਾ ਅੰਕਲ ਹੈ ਨਾ ਉਹਨੂੰ ਪੁੱਛਿਆ ਵੀ ਤੁਹਾਡੀ ਇੰਨੀ ਉਮਰ ਵੱਧ ਗਈ ਇਹਦਾ ਰਾਜ ਕੀ ਹੈ ਕਹਿੰਦਾ ਮੈਂ ਮਸਾਲੇ ਵਾਲੀਆਂ ਚੀਜ਼ਾਂ ਨਹੀਂ ਖਾਂਦਾ ਮਸ਼ਹੂਰੀ MDH ਦੀ ਓਨਰ MDH ਦਾ ਮਸਾਲੇ ਵਾਲੀ ਚੀਜ਼ਾਂ ਨਹੀਂ ਖਾਂਦੇ ਭਾਜੀ ਆਪਾਂ ਚਲੋ ਕੋਈ ਗੱਲ ਨਹੀਂ ਆ MDH ਠੀਕ ਹੈ ਯਾ ਕਿੱਧਰ ਖੁੱਲੀ ਜਾਂਦੇ ਆ ਅੰਨੀ ਦੇ ਦੱਸ ਮੈਂ ਕੀ ਇੱਥੇ ਬਾਈ ਜੀ ਆਟੋ ਸੇਲ ਵਾਲੇ ਦੇ ਲੱਗਿਆ ਚਲੋ ਆ ਬੈਸਟ ਆ ਨਾਲੇ ਤਿੱਖੇ ਆ ਤੇ ਸਬਜ਼ੀ ਵੀ ਘੈਂਟ ਬਣਦੀ ਆ ਹੋਰ ਤਾਂ ਕੋਈ ਤੁਹਾਡੇ ਤੋਂ ਵੀ ਤਿੱਖੇ ਆ ਸ਼ੁਰੂ ਸ਼ੁਰੂ ਚ ਮੈਂ ਦੇਖਦੀ ਸੀ ਦੇਗੀ ਮਿਰਚ ਦਾ ਵੀ ਕਲਰ ਨਹੀਂ ਆਣਾ ਸਬਜ਼ੀ ਵੀ ਇੰਨੀ ਸਵਾਦ ਨਹੀਂ ਬਣਨੀ ਸੋ ਤਾਂ ਕਰਕੇ ਚਲੋ ਹੁਣ ਆਪਾਂ ਤੁਹਾਨੂੰ ਦੱਸਦੇ ਆ ਆਪਾਂ ਇਹਦੇ ਚ ਕਿਹੜੇ ਕਿਹੜੇ ਮਸਾਲੇ ਪਾਵਾਂਗੇ ਬੂੰਦੀ ਇਹ ਇੰਨੀ ਭਰਾਵਾ ਵਿੱਚ ਆਪਾਂ ਪਾਵਾਂਗੇ ਚਲੋ ਗਰਮ ਮਸਾਲਾ ਮਸਾ ਹੀ ਮੇਲੀ ਲੱਗਦੀ ਮੈਨੂੰ ਲੱਗਦਾ ਦੋ ਲੂਣ ਦੇ ਹਾਂ ਦੋ ਪਾਈ ਦੋ ਤੇਰਾ ਭਲਾ ਹੋਈ ਉਹ ਹੱਡੀਆਂ ਖੋਰ ਲੋਗੇ ਆਉਂਦੀ ਇਹਨਾਂ ਨੂੰ ਖਾ ਖਾ ਕੇ ਇੰਨਾ ਵੀ ਨਹੀਂ ਪਾਉਣਾ ਚਾਹੀਦਾ ਇਹ ਜਿਹੜਾ ਕਿਚਨ ਚੈਨਲ ਹੈ ਇਹ ਤੁਹਾਨੂੰ ਮਿਸਗਾਈਡ ਕਰੀ ਜਾਂਦਾ ਤੁਸੀਂ ਕਵਿਤਾ ਕਿਚਨ ਹੀ ਖੋਲਿਆ ਕਰੋ ਇਦੂ ਚੰਗਾ ਤਾਂ ਬੂੰਦੀ ਦਾ ਰਹਿਤਾ ਉਹਦੇ 'ਚ ਦੋ ਚਮਚੇ ਨੂਨ ਦੇ ਪਾਤੇ ਤੁਸੀਂ ਉਹੀ ਪਾਣੀ 'ਚ ਘੋਲ ਕੇ ਪੀ ਲਓ ਇੰਨਾ ਨੂਨ ਦੋ ਢਾਈ ਚਮਚੇ ਇਹਨੇ ਸਬਜ਼ੀ 'ਚ ਪਾਤੇ ਦੋ ਚਮਚੇ ਇਹਦੇ 'ਚ ਗਏ ਖਾਣ ਵਾਲੇ ਦੋ ਜਣੇ ਆ ਡੇਢ ਡੇਢ ਚਮਚਾ ਤਾਂ ਗਿਆ ਤੁਹਾਡੇ ਢਿੱਡ 'ਚ ਇੱਕੋ ਵਾਰੀ ਥੋੜ੍ਹੀ ਗਿਆ ਇੰਨਾ ਨੂਨ ਨਹੀਂ ਖਾਣਾ ਚਾਹੀਦਾ ਬੂੰਦੀ ਪਾਤੀ ਬਸ ਸਫੀਸ਼ੀਐਂਟ ਆ ਇੰਨੇ ਭਰੇ ਵਰਡ ਮੇਰੇ ਕੋਲੇ ਹੋਰ ਕੀ ਹੋਗਾ ਇਹ ਕਿਚਨ ਕਿੰਗ ਕੋਲ ਤੇਰਾ ਪਲਾ ਹੋ ਜੀ ਕੀ ਬਸ ਦੇਗੀ ਮਿਰਚ ਓਏ ਰੱਬਾ ਮੇਰੇ ਦੇਗੀ ਮਿਰਚ ਹੀ ਤਾਂ ਪਾਉਂਦੇ ਹੁੰਨੇ ਹੋ ਦੇਗੀ ਮਿਰਚ ਦੇ ਉਧਰ ਪਈ ਨਾ ਇੱਥੇ ਨਹੀਂ ਹਾਂ ਅੱਛਾ ਆ ਵਾ ਤੇ ਕਾਲੀ ਮਿਰਚ ਪਾਉਂਦੇ ਹੋ ਇਹਦੇ ਚ ਪਾ ਸਕਦੇ ਹੋ ਓਏ ਦੇਗੀ ਮਿਰਚ ਅਲੱਗ ਕਾਤੋਂ ਰੱਖੀ ਡੱਬੇ ਤੋਂ ਇਹਦੀ ਬੰਦ ਹੀ ਨਹੀਂ ਬਾਕੀ ਕਿ ਥਾਂ ਹੈ ਨਹੀਂ ਕਿਸੇ ਹੋਰ ਪਲਾਸਟਿਕ ਦੀ ਡੱਬੀ ਚ ਪਾ ਲਓ ਦੇਗੀ ਮਿਰਚ ਕਾ ਤੜਕਾ ਅੰਗ ਅੰਗ ਬਣ ਕੀ ਯਾਰ ਜਾਣ ਕੇ ਨਾਲੇ ਕਿਚਨ ਚੈਨਲ ਸ਼ੁਰੂ ਕੀਤਾ ਵੀ ਚੱਲ ਰੋਟੀ ਤਾਂ ਲਾਹਣੀ ਹੁੰਦੀ ਬਣਨਾ ਬਣ ਜਾ ਕਰੂ ਬਣਨਾ ਵਲੋਗ ਵੀ ਬਣ ਜਾ ਕਰੂ ਕਿਉਂਕਿ ਉੱਦਾਂ ਤਾਂ ਵਲੋਗ ਬਣਾਉਣ ਨੂੰ ਟਾਈਮ ਨਹੀਂ ਹੁੰਦਾ ਸਾਡੇ ਕੋਲੇ ਦੇਗੀ ਮਿਰਚ ਖਾ ਲਓ ਮਿੱਠੀ ਪਾ ਲਓ ਹਲਕੀ ਜਿਹੀ ਪਾਓ ਤਿੱਖੀ ਬੜੀਆ ਯਾਰ ਹਾਂ ਲਓ ਆਪਾਂ ਉਸ ਹਿਸਾਬ ਨਾਲ ਦਹੀਂ ਪਕੌੜੀਆਂ ਬਣਾ ਲਿਆ ਕੱਲ ਆਪਾਂ ਟਿਫਨ 'ਚ ਵੀ ਲੈ ਕੇ ਜਾਵਾਂਗੇ
ਬਾਕੀ ਚ ਕਈ ਪਿਆਜ਼ ਵੀ ਪਾਉਂਦੇ ਹਨ ਆਪਾਂ ਸਿੰਪਲ ਹੀ ਖਾਂਦੇ ਹਾਂ ਹਾਂ ਕਈ ਉਹ ਭਰਾਵਾ ਮੇਰੇ ਆ ਘਰੇ ਮੰਮੀ ਮੰਮੀ ਪਾਉਂਦੇ ਹੁੰਦੇ ਸੀ ਹਾਂ ਪਿਆਜ਼ ਟਮਾਟਰ ਛੋਟਾ ਛੋਟਾ ਖੀਰਾ ਉਹ ਸਾਰਾ ਕੱਦੂਕਸ ਕਰਕੇ ਵਿੱਚ ਪਾਉਂਦੇ ਹੁੰਦੇ ਆ ਬਟ ਆਪਾਂ ਮਸਾਲਿਆਂ ਵਾਲਾ ਹੀ ਬਣਾ ਰਹੇ ਆ ਸੋ ਕਾਲੀ ਮਿਰਚ ਵੀ ਪਾ ਦਿੱਤੀ ਆ ਬਹੁਤ ਤੇਜ਼ ਆ ਥੋੜੀ ਪਾਏ ਹੋਏ ਚਾਟ ਮਸਾਲਾ ਰਹਿੰਦੀ ਆ ਮੈਂ ਸਾਰਿਆਂ ਨੂੰ ਸੁਜੈਸਟ ਕਰਾਂ ਜੇ ਕੁਛ ਵੀ ਖਾਣਾ ਤਾਂ ਇੰਨਾ ਸਮਾਨ ਨਹੀਂ ਮਸਾਲੇ ਨਹੀਂ ਖਾਣੇ ਚਾਹੀਦੇ ਮਸਾਲੇ ਠੀਕ ਹੈ ਪਰ ਸਿਹਤ ਲਈ ਹਾਨੀਕਾਰਕ ਵੀ ਹੈ ਜਿੰਨੇ ਦੱਬੀ ਹੁੰਦੇ ਤਾਂ ਭਰਪਰ ਸੁੱਟੀ ਹੁੰਦੇ ਪਾ ਦੇ ਬਸ ਵਲੋਗ ਲੰਬਾ ਹੋ ਜੇ ਬਾਅਦ 'ਚ ਭਾਵੇਂ ਬਾਹਰ ਡੋਲਣਾ ਪਵੇ ਰਹਿਣ ਦੇ ਡੋਲ ਸਨੇਹ ਨੂੰ ਫੜਾ ਦੀ ਪਾਣੀ ਪਾ ਕੇ ਖਾ ਲੈਗੀ ਉਹ ਤਾਂ ਤੈਨੂੰ ਪਤਾ ਹੀ ਹੈ ਚਾਟ ਮਸਾਲਾ ਵੀ ਪਾ ਲਓ ਥੋੜ੍ਹਾ ਜਿਹਾ ਕਮੀ ਕੋਈ ਨਹੀਂ ਛੱਡਣੀ ਆਪਾਂ ਅੱਛਾ ਚਲੋ ਆਈ ਤੇ ਮਤਲਬ ਪੂਰੇ ਦਿਨ ਚਾਰ ਟਾਈਮ ਹੈ ਜਿੱਥੇ ਆਪਾਂ ਥੋੜੀ ਫਰੈਸ਼ ਰੋਟੀ ਖਾਂਦੇ ਆ ਉਦਾਂ ਆਪਾਂ ਹੁਣ ਟਿਫਨ 'ਚ ਉਹੀ ਵਾਲੀ ਰੋਟੀ ਖਾ ਲੈਣੀ ਹੈ ਜਿਹੜੀ ਹੁਣ ਬਣਾਈ ਆ ਤਾਂ ਤੁਸੀਂ ਤਾਂ ਟਿਫਨ ਵਾਲਾ ਕੰਮ ਸ਼ੁਰੂ ਕਰਨ ਲੱਗੇ ਕਿਤੇ ਸਿੱਖਦੇ ਪਏ ਹੋਵੋਗੇ ਕਿਤੇ ਖਤਮ ਹੋ ਗਿਆ ਆ ਭੁੱਕੀ ਦੀਆਂ ਪੁੜੀਆਂ ਲੱਗਦੀਆਂ ਮੈਨੂੰ ਚਲੋ ਤੁਸੀਂ ਖੋਲ ਲਓ ਆਹ ਲਓ ਸੀਜ਼ਰ ਸੀਜ਼ਰ ਵੀ ਕਰ ਉਹਦੇ 'ਚ ਰੱਖੀ ਬੈਠੇ ਕਿਚਨ 'ਚ ਜ਼ਰੂਰੀ ਆ ਕਰਦ ਨਾਲ ਨਹੀਂ ਪੈਕਟ ਵੱਢਿਆ ਜਾਂਦਾ ਇੱਕ ਗੋਭੀ ਬਣਾ ਕੇ ਤੇ ਇੱਕ ਰਾਇਤਾ ਪਾਇਆ 17 ਮਿੰਟਾਂ ਦੇ ਵਲੌਗ 'ਚ ਦੱਸ ਆਹ ਛੋਟਾ ਜਿਹਾ ਜਿਹੜਾ ਪੈਕਟ ਹੈ ਇਹਨਾਂ ਨੂੰ ਪਰੋਣੇ ਰੋਟੀ ਖਾ ਕੇ ਵੀ ਤੁਰ ਜਾਣਾ ਇੱਥੇ ਪਕੌੜੀਆਂ ਨਾਲ ਪੈਕਟ 'ਚ ਹੀ ਹੁੰਦਾ ਵਾ ਤੇ ਇਹ ਕੈਂਡ ਦਾ ਮੈਂ ਅੱਗੇ ਮਸਾਲਾ ਹੋਊਗਾ ਹੋਰ ਕੀ ਹੋਊਗਾ ਬਸ ਬਸ ਮਸਾਲਿਆਂ ਦਾ ਇਹ ਤਾਂ ਮੇਨ ਟੇਸਟ ਹੈ ਪਾ ਦੇ ਆ ਸ਼ੈਫ ਤੇ ਵਿਚਾਰੇ ਐਵੇਂ ਇਹਨਾਂ ਦੀ ਤਰੀਫ ਤੇ ਹੋ ਜਾਂਦੀ ਹੈ ਮਸਾਲਿਆਂ ਮਮਾ ਦਾ ਵੀ ਫੋਨ ਆ ਗਿਆ ਲੋ ਜੀ ਰਾਮ ਰਾਮ ਕਰ ਦੋ ਸਾਰਿਆਂ ਨੂੰ ਰਾਮ ਰਾਮ ਭਾਈ ਸਾਰਿਆਂ ਨੇ 75 ਹਾੜ ਦਾ ਦੂਜਾ ਦਿਨ ਸ਼ੁਰੂ ਹੋ ਗਿਆ ਸਬਜ਼ੀ ਬਣਾਉਣੇ ਦਾ ਕਿਚਨ ਦਾ ਬਲੌਗ ਬੰਦਾ ਪਿਆ ਵਾ ਅੱਛਾ ਮੰਜੀ ਪੈ ਜੀ ਪਹਿਨਾ ਚਲ ਰਾਜੀ ਪੈ ਜਾ ਸ਼ਿਰੋ ਆ ਦੇਖੋ ਕੀ ਬਣਾ ਦਬ ਰੱਖਿਆ ਮੇਰਾ ਟੇਸਟ ਕਰਕੇ ਦੱਸੋ ਕਿਦਾਂ ਦਾ ਬਣਿਆ ਚਲ ਆਲੂ ਗੋਭੀ ਨਾਲ ਪਕੌੜੀਆਂ ਆਲੂ ਗੋਭੀ ਬਣਾਇਆ ਹੋਰ ਨਾਲ ਪਕੌੜੀਆਂ ਚਲ ਬਸ ਨੂੰ ਮਿਕਸ ਹੀ ਕਰਨਾ ਹੁਣ ਅੱਜ ਕਿਚਨ ਦਾ ਵਲੌਗ ਬਣਾਦਾ ਕਿਚਨ ਚ ਲੇਟ ਕੇ ਹੋ ਗਏ ਚੈਨਲ ਬਣਾਉਣ ਚ ਤੁਸੀਂ ਮਤਲਬ ਵਲੌਗ ਪਾਉਣ ਚ ਪੈ ਜਾਂਦਾ ਨਾ ਟਾਈਮ ਉਧਰ ਨੀ ਬਿਜ਼ੀ ਹੁੰਦੀ ਨੀ ਹਾਲੇ ਤੇ ਨੀਲ ਐਕਸਟੈਂਸ਼ਨ ਵਾਲਾ ਕੰਮ ਵੀ ਸ਼ੁਰੂ ਕਰਨਾ ਕੁੱਤਾ ਵੀ ਰੱਖਣਾ ਇੰਜਨ ਨੇ ਘਰੇ ਆ ਨਾਈਸ ਪੱਪੀ ਆਈ ਮਿਸ ਮਾਈ ਡੌਗ ਹਿਮ ਹਰ ਰੋਟੀਆਂ ਤਾਂ ਲਾਈਆਂ ਨੀ ਤੁਸੀਂ ਮੰਗਾਈਆਂ ਢਾਬੇ ਤੋਂ ਕਿ ਰੋਟੀਆਂ ਦਾ ਵਲੌਗ ਬਣਾਉਣ ਦਾ ਟਾਈਮ ਨੀ ਮਿਲਿਆ ਸੀ ਤੁਸੀਂ ਡਿਸਪੋਜ਼ਲਾਂ ਥਾਲੀਆਂ ਕਿਉਂ ਨੀ ਰੱਖਦੇ ਖਾ ਕੇ ਬਾਹਰ ਸਿੱਟਤਾ ਜੇ ਭਾਂਡੇ ਮਾਂਜਣੇ ਇੰਨੇ ਔਖੇ ਤਾਂ ਟੈਡੀ ਵੇਖ ਪਏ ਪਿੱਛੇ ਪਤਾ ਨੀ ਜਿਵੇਂ ਦੁਕਾਨ ਹੀ ਹੁੰਦੀ ਹੈ ਇਹਦੀ ਇੱਕ ਟਰੇ ਲਾ ਕੇ ਹੋਰ ਇੰਨੇ ਟੈਡੀ ਲਾ ਦੇਣੇ ਸਮਾਨ ਵੇਚਣ ਸਕਦੀ ਹੈ ਵਧੀਆ ਦੁਕਾਨ ਕਰ ਸਕਦੀ ਹੈ ਟੈਡੀਆਂ ਦੀ ਇਹ ਕਮਾਲ ਦੀ ਗੱਲ ਆ ਯਾਰ ਕਿੱਦਾਂ ਦੇ ਸ਼ੌਂਕ ਆ ਨਾ ਇਹਨਾਂ ਦੇ ਦਹੀਂ ਤੋਂ ਬਿਨਾਂ ਇਕੱਲੀ ਗੋਭੀ ਦਾ ਟੇਸਟ ਆ ਖਾਰੀ ਹੋਊਗੀ ਜੇ ਮਸਾਲਾ ਜ਼ਿਆਦਾ ਹੋਊਗਾ ਚੱਲ ਇਹ ਕੀ ਬਣਾਇਆ ਆਲੂ ਗੋਭੀ ਸਵਾਦ ਸਾਰਾ ਮਸਾਲਾ ਤੂੰ ਘੋਲਿਆ ਮਸਾਲੇ ਤੂੰ ਪਾਏ ਉਹਨੂੰ ਕਹਿੰਦੀ ਇਹ ਕੀ ਬਣਾਇਆ ਅੱਗੋ ਕਹਿੰਦਾ ਕੀ ਹੋ ਗਿਆ ਕਮਾਲ ਦੀ ਗੱਲ ਹੈ ਗੋਭੀ ਚੀਰਨ ਵਾਲੇ ਬੰਦੇ ਨੂੰ ਵੀ ਡਰ ਆ ਵੀ ਕੀ ਕੋਈ ਗਲਤੀ ਤਾਂ ਨਹੀਂ ਹੋ ਗਈ ਕਿਤੇ ਕਰਦੇ ਤਾਂ ਨਹੀਂ ਕਿਤੇ ਕੁਛ ਲੱਗਿਆ ਸੀ ਟੁੰਨੇ ਯਾਰ ਤੂੰ ਰੱਬਾ ਸਾਰਿਆਂ ਦਾ ਭਲਾ ਕਰੀ ਸ਼ੁਰੂ ਇਹਦੇ ਤੋਂ ਕਰੀ ਸੱਚੀ ਦਿਲੋਂ ਦੁਆ ਤੇਰੇ ਲਈ ਯਾਰ ਬਹੁਤ ਥੱਲੇ ਆ ਤੂੰ ਅੱਗੇ ਸਾਰਾ ਕੁਝ ਪਰ ਮੈਂ ਕਦੀ ਮਾੜਾ ਬਣਾ ਨਹੀਂ ਸਕਦਾ ਇੱਕ ਮਿੰਟ ਮੈਨੂੰ ਇੱਕ ਹੋਰ ਬਾਈਟ ਖਾ ਲੈਣ ਦੋ ਮੈਨੂੰ ਇਦਾਂ ਲੱਗਦਾ ਨਮਕ ਥੋੜਾ ਘੱਟ ਆ ਮੇਬੀ ਇੱਕ ਮਿੰਟ ਘੱਟ ਆ ਤੇਰਾ ਭਲਾ ਹੋ ਜੇ ਘੱਟ ਹੋ ਗਿਆ ਪਾਲੀ ਹੋਰ ਕੀ ਉਸਦਾ ਇਹ ਤਾਂ ਘੱਟ ਨਹੀਂ ਹੋ ਸਕਦਾ ਸੱਚੀ ਘੱਟ ਹੈ ਗਰਮ ਹੈਗੀ ਨਾ ਜੋ ਠੰਡੀ ਹੋ ਗਈ ਨਾ ਆਪਣੇ ਆਪ ਸਹੀ ਹੋਈ ਨਾ ਗੱਲ ਇਹਨਾਂ ਨਮਕ ਘੱਟ ਲੱਗਦਾ ਪਿਆ ਆਪਾਂ ਦਹੀਂ ਨਾਲ ਖਾਣੀ ਆ ਦਹੀਂ ਨਾਲ ਬੈਲੈਂਸ ਹੋ ਜਾਣਾ ਕਿ ਦਹੀਂ ਚ ਆਪਾਂ ਮਸਾਲੇ ਬਹੁਤ ਘੱਟ ਵੇ ਨਮਕ ਥੋੜਾ ਨਮਕ ਘੱਟ ਆ ਚਲ ਕੋਈ ਹੋਰ ਪਾਵਾਂਗੇ ਉਹ ਬੜਾ ਸੜਾ ਨੂਣ ਆਉਂਦਾ ਕੈਨੇਡਾ 'ਚ ਯਾਰ ਇੰਡੀਆ 'ਚ ਮੰਗਾ ਲਿਆ ਕਰੋ ਥੈਲੀਆਂ ਫਿਰ 2.5 ਚਮਚੇ ਪਾਏ ਨੂਣ ਦੇ ਇਹਨੇ ਅਤੇ ਫਿਰ ਵੀ ਘੱਟ ਹੈ ਕਈ ਆਖਦੇ ਨਾ ਸਬਜ਼ੀ 'ਚ ਕਹਿੰਦੇ ਨੂਣ ਘੱਟ ਆ ਥੋੜ੍ਹਾ ਜਿਹਾ ਹੋਰ ਪਾ ਦੇ
ਕੋਲੀ ਦੇ ਉੱਤੇ ਭੁੱਕ ਲੈਣਗੇ, ਉਹ ਤਾਂ ਜ਼ਹਿਰ ਦੇ ਬਰਾਬਰ, ਉਹ ਨਹੀਂ ਭੁੱਕਣਾ ਚਾਹੀਦਾ ਆਪਾਂ ਨੂੰ। ਨਾਲੇ ਹੈਵੀ ਸਬਜ਼ੀਆਂ ਨਹੀਂ ਖਾਣੀਆਂ ਚਾਹੀਦੀਆਂ, ਜਨਤਾ ਹੈਵੀ ਸਬਜ਼ੀਆਂ ਖਾਂਦੀ ਰਹਿੰਦੀ ਹੈ, ਰਾਤ ਨੂੰ ਵਧੀਆ ਹਲਕਾ ਭੋਜਨ, ਇਹ ਵੀ ਗੱਲ ਨਹੀਂ ਕਰਦਾ, ਇਹ ਤਾਂ ਚਲੋ ਪਤਾ ਨਹੀਂ ਕਦੋਂ ਖਾਈ ਜਾਂਦੇ ਆ, ਰਾਤ ਨੂੰ ਹਲਕਾ ਭੋਜਨ ਖਾ ਕੇ ਪੈਣਾ ਚਾਹੀਦਾ, ਘੱਟ ਮਸਾਲਿਆਂ ਵਾਲਾ, ਤੁੰਨ ਕੇ ਚਾਰ ਪਰੌਂਠੇ ਪੈ ਜਾਣਗੇ। ਪਰ ਮੈਨੂੰ ਕਰਦੇ ਆ ਗੱਲ, ਸਾਨੂੰ ਪਾਣ ਦੀ ਲੋੜ ਨਹੀਂਗੀ ਕਿਉਂਕਿ ਦਹੀਂ ਹੋਣਾ ਨਾਲ, ਹਾਂ ਸਾਨੂੰ ਨਹੀਂ ਪੈਣਾ, ਠੀਕ ਆ ਫਿਰ ਵੀ ਪੰਜ ਵੀ ਪਾਤਾ ਫਿਰ ਜ਼ਿਆਦਾ ਹੋਏ ਨਾ। ਹੂੰ ਬਾਕੀ ਆਲਮੋਸਟ ਸਹੀ ਆ, ਆਲਮੋਸਟ ਨਹੀਂ ਬਾਕੀ ਸਹੀ ਹੋਈ ਆ, ਠੀਕ ਆ। ਚਲੋ ਫਿਰ ਹੁਣ ਨੰਬਰ ਕੌਣ ਦਊਗਾ, ਜਿਹੜੇ ਆਡੀਅנס ਕੀ ਨੰਬਰ ਦਊਗੀ, ਉਹ ਤੁਸੀਂ ਵੀ ਇੱਕ ਵਾਰ ਖਾ ਕੇ ਦੇਖੋ ਨਾ ਲੋ, ਯਲ ਤੁੰਨੇ ਦਾ ਵਲੌਗ ਬਣਾਵਾ। ਚਲੋ ਹੁਣ ਇਹ ਖਾ ਕੇ ਦੱਸਣਗੇ, ਦੇਖਦੇ ਆ ਇਹਨਾਂ ਦੇ ਵੀ ਰਿਵਿਊ ਸੇਮ ਹੀ ਆ। ਅੱਛਾ ਚਲੋ ਨਮਕ ਘੱਟ ਹੈਗਾ, ਮੈਨੂੰ ਨਮਕ ਜ਼ਿਆਦਾ ਲੱਗੀ ਜਾਂਦਾ ਤੁਹਾਡੀ ਸਬਜ਼ੀ, ਪਤਾ ਨਹੀਂ ਕੀ ਚੱਕਰ। ਬਾਕੀ ਮੇਰੇ ਵੱਲੋਂ ਦਸਾਂ ਚੋ ਦਸ ਹੀ ਹੈ, ਕਿਉਂਕਿ ਭਰਾਓ ਯਾਰ ਜਿੰਨੇ ਵੀ ਤੁਸੀਂ ਸੋਚਿਆ ਸੀ ਵੀ ਖਾਣ ਆਈਏ ਕਦੇ, ਘਰਦਿਆਂ ਨੇ ਤੇ ਚਲੋ ਘਰਦਿਆਂ ਨੇ ਤੇ ਦੇ ਹੀ ਦਿੱਤੇ ਆ, ਕਹਿੰਦੇ ਵੇਖਣ 'ਚ ਤਾਂ ਵਧੀਆ ਪਰ ਹੁਣ ਟੈਸਟ ਨਹੀਂ ਕੀਤੀ ਉਹਨਾਂ ਨੇ ਹਲੇ, ਕਿੱਦਾਂ ਕਰਨਗੇ ਟੈਸਟ, ਵੇਖ ਲਓਗੇ ਵਲੌਗ। ਬਾਕੀ ਇੱਥੇ ਕਰ ਦਿੰਦੇ ਵਲੌਗ ਦਾ ਐਂਡ, ਤੇ ਤੁਹਾਨੂੰ ਸਾਰਿਆਂ ਨੂੰ ਵਧੀਆ ਲੱਗਾ ਹੋਊਗਾ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ, ਤੇ ਚੈਨਲ ਨੂੰ ਸਬਸਕ੍ਰਾਈਬ ਵੀ ਤੇ ਸਾਡਾ ਕਿਚਨ ਚੈਨਲ ਹੈ ਤੇ ਸਾਡੀ ਰਸੋਈ 'ਚ ਜ਼ਰੂਰ ਆਇਓ ਤੇ ਖਾਇਓ ਪੀਓ, ਜਿਵੇਂ ਨਰੂਲਾ ਅੰਕਲ ਨੇ ਨਰੂਲਾ ਕਿਚਨ ਬਣਾਈ ਸੀ, ਉਹ ਵੇਖ ਲਓ ਬੰਦਾ ਹੋ ਕੇ ਕਿਚਨ ਚੈਨਲ 'ਚ ਲਾ ਗਿਆ, ਅਤੇ ਬੁੜੀ ਹੋ ਕੇ ਵੀ ਦੱਸ ਬੰਦੇ ਤੋਂ ਸਬਜ਼ੀ ਕਟਾਈ ਜਾਂਦੀ ਹੈ ਕੀ ਯਾਰ, ਊਂ ਕਹਿ ਦਿੰਦੀਆਂ ਲੇਡੀਜ਼ ਇਕੱਲੀਆਂ ਸਰਵਾਈਵ ਕਰ ਸਕਦੀਆਂ, ਸਵਾਹ ਕਰ ਸਕਦੀਆਂ, ਜ਼ਰੂਰਤ ਪੜਤੀ ਹੈ ਬੰਦੇ ਕੀ ਦੇਖੋ। ਚਲੋ ਬਹੁਤ ਮਜ਼ਾ ਆਇਆ ਰੋਟੀ ਖਾ ਕੇ ਸਬਜ਼ੀ ਖਾ ਕੇ, ਬਾਕੀ ਬੂੰਦੀ ਰਾਇਤਾ ਵੀ ਸਵਾਦ ਸੀਗਾ, ਪਕੌੜੀਆਂ ਜਿਹੜੀਆਂ ਤੁਹਾਡੀਆਂ ਸੀ। ਸਬਸਕ੍ਰਾਈਬ ਕਰਦੇ ਚੈਨਲ ਨੂੰ, ਇੰਸਟਾ ਸਨੈਪਚੈਟ 'ਤੇ ਐਡ ਕਰ ਲਿਓ, ਅਤੇ ਅੱਗੇ ਜਾ ਕੇ ਮੈਨੂੰ ਹਾਂ ਇੰਸਟਾ ਸਨੈਪਚੈਟ 'ਤੇ ਐਡ ਕਰ ਲਿਓ, ਸਬਸਕ੍ਰਾਈਬ ਕਰਕੇ ਜਾਇਓ ਚੈਨਲ ਨੂੰ, ਸਬਸਕ੍ਰਾਈਬ ਬਟਨ ਦੱਬ ਕੇ ਨਹੀਂ ਜਾਂਦੇ, ਅਤੇ ਕਮੈਂਟਾਂ ਜਿਹੜੀਆਂ ਗੱਲਾਂ ਪੁੱਛੀਆਂ ਮੈਂ ਦੱਸਿਓ ਜ਼ਰੂਰ। ਇੰਨਾ ਵੀ ਨਹੀਂ ਲੂਣ ਖਾਣਾ ਚਾਹੀਦਾ, ਸੁੱਟੇ ਹੀ ਆਉਂਦੇ ਆ ਜਿਵੇਂ ਬੱਸ ਵਾਲੇ ਕਾਰਡ ਦੇ ਨਾਲ ਫ੍ਰੀ ਮਿਲਦੀ ਹੁੰਦੀਆਂ ਥੈਲੀਆਂ। ਈ ਯਾਰ ਇਹ ਵੀ ਨਾ ਮੋਟਾ ਹੋ ਗਿਆ ਲੱਗਦਾ, ਮੈਂ ਐਸੇ ਬੈਠਾ ਕਰੂੰ। ਬਾਏ, ਸਬਸਕ੍ਰਾਈਬ ਕਰ ਦਿਓ ਯਾਰ, ਤੈਨੂੰ ਕਹੀ ਜਾਂਦਾ ਸਬਸਕ੍ਰਾਈਬ ਨਹੀਂ ਕੀਤਾ ਨਾ, ਚਲਾ ਕੇ ਜਾਣਾ ਹੋਵੇ ਤਾਂ। ਗਲੀਆਂ ਦੀ ਨੌਲੇਜ ਬਥੇਰੀ, ਜੱਟ ਨੂੰ ਨੀ ਹਾਲੇ ਲਿਖਦਾ ਨੀ ਗਾਣੇ ਮੈਂ ਕਿਤਾਬਾਂ।